ਕਿ ਇਹਨਾਂ ਧਮਾਕਿਆਂ ਦੇ ਵਿੱਚ ਕਾਰਨ ਕੀ ਨੇ। ਇਹਨਾਂ ਦੇ ਭਾਵੇਂ 5 ਮਰਨ 50 ਮਰਨ, ਇਹਨਾਂ ਨੂੰ ਆਪਣਾ ਫਾਇਦਾ ਮਿਲਣਾ ਚਾਹੀਦਾ। ਸੜੀ ਹੋਈ ਸੜਿਹਾਂਦ ਮਾਰਦੀ ਸਿਆਸਤ। ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ, ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ, ਚੈਨਲ ਪੰਜਾਬੀ ਟੀ ਵੀ ਕੈਨੇਡਾ ਅਤੇ ਇੰਡੀਆ ਦੇ ਵਿੱਚ ਇਸ ਵਕਤ ਏਅਰਟੈੱਲ ਡਿਸ਼ ਦੇ ਚੈਨਲ ਨੰਬਰ 565 ਦੇ ਜ਼ਰੀਏ ਆਪ ਜੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ। ਦੋਸਤੋ, ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਬਹੁਤ ਹੀ ਮੰਦਭਾਗਾ, ਅਫਸੋਸਨਾਕ ਵਰਤਾਰਾ, ਦਹਿਸ਼ਤਗਰਦੀ ਕਾਰਾ ਕਸ਼ਮੀਰ ਦੇ ਵਿੱਚ ਵਾਪਰਿਆ। ਪੁਲਵਾਮਾ ਦੇ ਵਿੱਚ CRPF ਦੇ 44 ਜਵਾਨ ਇਸ ਦਰਦਨਾਕ ਹਾਦਸੇ ਦੇ ਵਿੱਚ ਆਪਣੀ ਜਾਨ ਗੁਆ ਗਏ ਨੇ, ਜਿਸ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਵੀ 2 ਸਿੱਖ ਨੌਜਵਾਨ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਮੋਗਾ ਦੇ ਜੈਮਲ ਸਿੰਘ ਅਤੇ ਸੁਖਵਿੰਦਰ ਸਿੰਘ ਪੱਟੀ, ਇਹ ਜਿਹੜੇ ਨੌਜਵਾਨ, ਇਹ ਵੀ ਇਸ ਕਾਰੇ ਦੀ ਭੇਟ ਚੜ੍ਹ ਗਏ ਨੇ। 2500 ਦੇ ਕਰੀਬ ਇਹ ਜਵਾਨਾਂ ਦਾ ਕਾਫਲਾ ਜਿਹੜਾ ਇਸ ਆਦਲ ਅਹਿਮਦ ਡਾਰ ਨਾਂ ਦੇ ਦਹਿਸ਼ਤਗਰਦ ਦੇ ਆਤਮਘਾਤੀ ਹਮਲੇ ਦੀ ਭੇਟ ਚੜ੍ਹਿਆ। ਇਹ ਜੈਸ਼ੇ ਮੁਹੰਮਦ ਨਾਲ ਸੰਬੰਧਿਤ ਦਹਿਸ਼ਤਗਰਦ ਜਿਸ ਨੇ ਆਪਣੇ ਆਪ ਨੂੰ ਧਮਾਕੇ ਦੇ ਵਿੱਚ ਅੜਾ ਲਿਆ। 21 ਵਰ੍ਹਿਆਂ ਦਾ ਇਹ ਆਦਲ ਅਹਿਮਦ ਡਾਰ ਆਪਣੇ ਆਪ ਨੂੰ ਗਾਜ਼ੀ ਅੱਲਾ ਪਾਕ ਦਾ ਸਪਾਸਲਾਰ ਕਹਾਉਂਦਾ ਹੋਇਆ ਇਸ ਹਮਲੇ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕਰਦਾ, ਜਿਸ ਨੂੰ ਜੈਸ਼ੇ ਮੁਹੰਮਦ ਨੇ ਜਾਰੀ ਕੀਤਾ। ਆਪਣੀ ਜਾਨ ਵੀ ਉਸਨੇ ਗਵਾ ਲਈ ਹੈ ਅਤੇ ਨਾਲ ਇਹਨਾਂ 44 ਲੋਕਾਂ ਦੀ ਜਾਨ ਵੀ ਲੈ ਲਈ ਹੈ। ਧਰਮ ਦਾ ਉਹ ਆਪਣੇ ਆਪ ਨੂੰ ਅਖੌਤੀ ਸ਼ਹੀਦ ਹੈ, ਗਾਜ਼ੀ ਹੈ, ਜੰਨਤ ਦੇ ਵਿੱਚ ਜਾ ਕੇ ਸ਼ਹਿਦ ਦੀਆਂ ਨਦੀਆਂ ਦੇ ਵਿੱਚ ਡੁਬਕੀਆਂ ਲਗਾਏਗਾ, ਸ਼ਹਿਦ ਖਾਏਗਾ, 72 ਦੇ ਕਰੀਬ ਹੋਰਾਂ ਦੇ ਨਾਲ ਆਪਣੀ ਜ਼ਿੰਦਗੀ ਬਿਤਾਏਗਾ, ਜਿਸ ਤਰ੍ਹਾਂ ਉਸ ਨੂੰ ਇਹ ਮਜ਼ਹਬੀ ਜਨੂੰਨ ਚੜ੍ਹਾਇਆ ਗਿਆ। ਇਸ ਤਰ੍ਹਾਂ ਦੇ ਆਦਲ ਅਹਿਮਦ ਡਾਰ, ਇਸ ਤਰ੍ਹਾਂ ਦੇ ਕਸਾਬ, ਇਸ ਤਰ੍ਹਾਂ ਦੇ ਦਹਿਸ਼ਤਗਰਦ ਹਰ ਕੌਮ ਕਮਿਊਨਿਟੀ ਦੇ ਵਿੱਚ ਲਗਾਤਾਰ ਵੱਧ ਰਹੇ ਨੇ। ਸੋਚਣਾ ਪੈਣਾ ਹੈ ਕਿ ਇਹਨਾਂ ਧਮਾਕਿਆਂ ਦੇ ਵਿੱਚ ਕਾਰਨ ਕੀ ਨੇ। ਇਹਨਾਂ ਦੇ ਧਮਾਕਿਆਂ ਦੇ ਪਿੱਛੇ ਇੱਕ ਤਾਂ ਮਜ਼ਹਬੀ ਕਾਰਨ ਹੈ, ਧਾਰਮਿਕ ਕੱਟੜਤਾ ਇਸ ਦੇ ਪਿੱਛੇ ਹੈ ਕਿ ਸਿਰਫ ਸਾਡਾ ਹੀ ਧਰਮ ਦੁਨੀਆ 'ਤੇ ਹੋਵੇ। ਟੋਲਰੈਂਸ, ਸਹਿਣਸ਼ੀਲਤਾ ਦੇ ਖਾਤਮੇ ਦੀ ਇਹ ਨਿਸ਼ਾਨੀ ਹੈ। ਜਿਸ ਤਰ੍ਹਾਂ ਆਪਣਾ ਮਜ਼ਹਬ ਅਤੇ ਆਪਣਾ ਮੁੰਡਾ ਹਰ ਇੱਕ ਨੂੰ ਮੁਕੱਦਸ ਅਤੇ ਪਿਆਰਾ ਲੱਗਦਾ, ਅਸੀਂ ਦੂਸਰੇ ਦੇ ਧਰਮ ਦੇ ਵਿੱਚ ਨੀਵੇਂ ਪੱਧਰ ਤੱਕ ਨੁਕਤਾਚੀਨੀ ਕਰਦੇ ਹਾਂ, ਉਹਨਾਂ ਨੂੰ ਬਰਦਾਸ਼ਤ ਕਰਨ ਤੋਂ ਵੀ ਇਨਕਾਰ ਕਰਦੇ ਹਾਂ। ਇਸੇ ਤਰ੍ਹਾਂ ਆਪਣੀ ਜਾਤ, ਆਪਣਾ ਧਰਮ ਵਧਾਉਣ ਦੇ ਵਾਸਤੇ ਇਸ ਤਰ੍ਹਾਂ ਦੇ ਦਹਿਸ਼ਤਗਰਦੀ ਕਾਰੇ ਹਰ ਧਰਮ ਦੇ ਵਿੱਚ ਵੱਧ ਰਹੇ ਨੇ। ਇਸ ਦੇ ਵਿੱਚ ਦੂਸਰਾ ਵੱਡਾ ਕਾਰਨ ਹੈ ਸੜੀ ਹੋਈ ਸੜਿਹਾਂਦ ਮਾਰਦੀ ਸਿਆਸਤ। ਇਸ ਸਿਆਸਤ ਦੇ ਵਿੱਚੋਂ ਹੀ ਸਿਆਸਤਦਾਨਾਂ ਦੀਆਂ ਸਰਮਾਏਦਾਰੀਆਂ, ਉਹਨਾਂ ਦੀਆਂ ਕੁਰਸੀਆਂ ਪੈਦਾ ਹੁੰਦੀਆਂ ਨੇ, ਉਹਨਾਂ ਦੇ ਅਹੁਦੇ ਅਤੇ ਉਹਨਾਂ ਦੀਆਂ ਸਰਕਾਰਾਂ ਪੈਦਾ ਹੁੰਦੀਆਂ ਨੇ। ਭਾਰਤ ਅਤੇ ਪਾਕਿਸਤਾਨ ਦੀ ਇਹ ਤ੍ਰਾਸਦੀ ਹੈ, ਜਦੋਂ ਇੱਥੇ ਕੋਈ ਇਲੈਕਸ਼ਨ ਹੁੰਦੇ ਨੇ, ਜਦੋਂ ਕੋਈ ਚੋਣ ਹੁੰਦੇ ਨੇ, ਤਾਂ ਫਿਰ ਇਸ ਤਰ੍ਹਾਂ ਦਾ ਇਹ ਜਿਹੜਾ ਲਾਣਾ ਹੈ, ਇਸ ਤਰ੍ਹਾਂ ਦੀਆਂ ਚਵੜਾਂ ਕਰਦਾ, ਚਵਲਾਂ ਮਾਰਦਾ। ਤੁਹਾਨੂੰ ਚੇਤੇ ਹੋਣਾ ਕਿ ਪੰਜਾਬ ਦੀ ਜਿਹੜੀ ਸਰਕਾਰ ਬਣੀ ਹੈ, ਇਸ ਦੇ ਪਿੱਛੇ ਵੀ ਮੌੜ ਮੰਡੀ ਦਾ ਧਮਾਕਾ ਸੀ। ਮੌੜ ਮੰਡੀ ਬੰਬ ਬਲਾਸਟ ਹੋਇਆ, 4 ਮਸੂਮਾਂ ਸਮੇਤ 7 ਲੋਕਾਂ ਦੀ ਅਜਾਈਂ ਜਾਨ ਗਈ। ਉਸ ਧਮਾਕੇ ਤੋਂ ਬਾਅਦ ਪੰਜਾਬੀਆਂ ਦਾ ਮਾਇੰਡ ਸੈੱਟ ਚੇਂਜ ਹੋਇਆ। ਵੋਟ ਕਿਸ ਨੂੰ ਪਾਉਣੀ ਹੈ, ਕਿਸ ਨੂੰ ਜਿਤਾਉਣਾ, ਕਿਸ ਨੂੰ ਹਰਾਉਣਾ, ਇਸ ਧਮਾਕੇ ਤੋਂ ਬਾਅਦ ਬਹੁਤੇ ਸਿਰਫਿਰੇ ਵੋਟਰਾਂ ਨੇ ਡਿਸਾਈਡ ਕੀਤਾ। ਉਹਨਾਂ ਨੂੰ ਲੱਗਦਾ ਸੀ ਕਿ ਇਹ ਸਰਕਾਰ ਬਣੀ ਤਾਂ ਲਾਅ ਐਂਡ ਆਰਡਰ ਨਹੀਂ ਰਹਿਣਾ, ਇਹ ਸਰਕਾਰ ਬਣੇਗੀ ਬੰਦੇ ਕਾਬਲ ਹੋਣਗੇ, ਲਾਅ ਐਂਡ ਆਰਡਰ ਬਣਾ ਸਕਣਗੇ। ਪਰ ਹੁਣ ਸਵਾਲ ਪੈਦਾ ਹੁੰਦਾ ਕਿ ਭਾਵੇਂ ਪੰਜਾਬ ਦਾ ਮੌੜ ਮੰਡੀ ਬਲਾਸਟ ਹੋਵੇ, ਜਿਹੜਾ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਦੀ ਰੈਲੀ ਦੇ ਵਿੱਚ ਵਾਪਰਿਆ, ਉਸ ਧਮਾਕੇ ਦਾ ਸਿਆਸੀ ਫਾਇਦਾ ਕਿਸ ਨੂੰ ਹੋਇਆ, ਸਿਆਸੀ ਨੁਕਸਾਨ ਕਿਸ ਨੂੰ ਹੋਇਆ? ਉਸ ਧਮਾਕੇ ਦਾ ਸਿਆਸੀ ਫਾਇਦਾ ਜਿਸ ਨੂੰ ਹੁੰਦਾ, ਕਿਤੇ ਨਾ ਕਿਤੇ ਉਹ ਲੋਕ ਹੀ ਉਸ ਧਮਾਕੇ ਦੇ ਵਾਸਤੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜ਼ਿੰਮੇਵਾਰ ਨੇ, ਕਿਉਂਕਿ ਜਿਸ ਨੂੰ ਇਸ ਧਮਾਕੇ ਦਾ ਲੋਕਾਂ ਦੀ ਜਾਨ ਲੈਣ ਦਾ ਫਾਇਦਾ ਹੁੰਦਾ, ਉਹੀ ਇਸ ਤਰ੍ਹਾਂ ਦੀ ਨੀਚ ਹਰਕਤ ਕਰਦਾ। ਪਾਕਿਸਤਾਨ ਦੇ ਵਿੱਚ ਇਲੈਕਸ਼ਨ ਸਨ ਤਾਂ ਉਸ ਦੌਰਾਨ ਭਾਰਤ ਨੂੰ, ਹਿੰਦੁਸਤਾਨ ਨੂੰ ਮੁੱਦਾ ਬਣਾ ਕੇ ਇਮਰਾਨ ਖਾਨ ਸਰਕਾਰ ਬਣੀ। ਹੁਣ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਲਫ਼ਜ਼ ਮੈਂ ਜਾਣ ਕੇ ਕਹਿ ਰਿਹਾ, ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਹੈ ਅਤੇ ਪਾਕਿਸਤਾਨ ਨੂੰ ਮੁੱਦਾ ਬਣਾ ਕੇ ਇਲੈਕਸ਼ਨ ਲੜੀ ਜਾ ਰਹੀ ਹੈ। ਇਸ ਤੋਂ ਬਾਅਦ ਸਿਆਸਤਦਾਨਾਂ ਦੀਆਂ, ਖਾਸ ਕਰਕੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਹੋਰਾਂ ਦੀਆਂ ਜਿਹੜੀਆਂ ਸਟੇਟਮੈਂਟ ਆ ਰਹੀਆਂ ਨੇ ਭਾਜਪਾ ਆਗੂ ਦੀਆਂ, ਉਹਨਾਂ ਦਾ ਕਹਿਣਾ ਕਿ ਜਿਹੜੇ ਇਸ ਧਮਾਕੇ ਦੀ ਮਲਵੀ ਆਲੋਚਨਾ ਕਰ ਰਹੇ ਨੇ ਜਾਂ ਇਸ ਧਮਾਕੇ ਦੇ ਜ਼ਿੰਮੇਵਾਰ ਲੋਕਾਂ ਦੀ ਆਲੋਚਨਾ ਨਹੀਂ ਕਰ ਰਹੇ, ਉਹਨਾਂ ਨੂੰ ਨਕਾਰ ਦੇਣਾ ਚਾਹੀਦਾ। ਜਾਣੀ ਕਿ ਜਿਹੜੇ BJP ਦੇ ਵਿਰੋਧੀ ਨੇ ਉਹਨਾਂ ਨੂੰ ਨਕਾਰ ਦੇਣਾ ਚਾਹੀਦਾ ਅਤੇ BJP ਵਾਲਿਆਂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ। ਇਸ ਧਮਾਕੇ ਤੋਂ ਬਾਅਦ
ਬਹੁਤ ਸਾਰੇ ਲੋਕ ਨੇ, ਟੀ ਵੀ ਡਿਸਕਸ਼ਨ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀਆਂ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਦੀ ਭਾਈ ਜੱਫੀ ਨੂੰ ਵੀ ਨਕਾਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਇਹ ਸਟਾਰ ਪ੍ਰਚਾਰਕ ਕਿਉਂ ਪਾਕਿਸਤਾਨ ਗਿਆ ਅਤੇ ਕਿਉਂ ਜੱਫੀਆਂ ਪਾ ਰਿਹਾ। ਹੁਣ ਜਿਹੜੇ ਸਿੱਧੂ ਦੀ ਇਸ ਜੱਫੀ ਪਾਉਣ ਨੂੰ ਨਕਾਰਦੇ ਨੇ, ਕਾਂਗਰਸ ਦੇ ਇਸ ਆਗੂ ਦੇ ਪਾਕਿਸਤਾਨ ਜਵੇਦ ਬਾਜਵਾ ਨੂੰ ਜੱਫੀ ਪਾਉਣ ਤੋਂ ਨਕਾਰਦੇ ਨੇ, ਉਹ ਸਪਸ਼ਟ ਹੈ ਕਿ ਉਹ ਲੋਕ ਕਾਂਗਰਸ ਨੂੰ ਵੋਟ ਨਹੀਂ ਪਾਉਣਗੇ, ਉਹ ਬੀਜੇਪੀ ਨੂੰ ਵੋਟ ਪਾਉਣਗੇ। ਉਹ ਇਸ ਧਮਾਕੇ ਦੇ ਪਿੱਛੇ ਵੀ ਨਵਜੋਤ ਸਿੰਘ ਸਿੱਧੂ ਜਾਂ ਕਾਂਗਰਸ ਨੂੰ ਨਿੰਦ ਰਹੇ ਨੇ, ਉਹਨਾਂ ਦਾ ਜਿਹੜਾ ਵੋਟ ਹੈ ਉਹ ਬੀਜੇਪੀ ਨੂੰ ਭੁਗਤੇਗਾ। ਇਹੀ ਮਾਇੰਡ ਸੈੱਟ ਹੈ ਜਿਹੜੇ ਸਿਆਸਤਦਾਨ ਇਹਨਾਂ ਧਮਾਕਿਆਂ ਪਿੱਛੇ ਪੈਦਾ ਕਰਦੇ ਨੇ। ਇਸ ਧਮਾਕੇ ਤੋਂ ਬਾਅਦ ਤੁਸੀਂ ਵੇਖੋ ਕਿ ਇੱਕ NDTV ਨੈੱਟਵਰਕ ਹੋਣਾ, ਰਵੀਸ਼ ਕੁਮਾਰ ਹੋਣਾ, ਜਿਹਨੇ ਬੜੇ ਸਹਿਜਤਾ ਦੇ ਨਾਲ, ਬੜੇ ਸਲੀਕੇ ਦੇ ਨਾਲ ਇਸ ਚੀਜ਼ ਨੂੰ ਹਾਈਲਾਈਟ ਕੀਤਾ, ਨਹੀਂ ਤਾਂ ਹਿੰਦੁਸਤਾਨੀ ਮੀਡੀਆ ਨੇ ਸੰਘ ਪਾੜ ਪਾੜ ਕੇ ਪਾਕਿਸਤਾਨ ਦੇ ਖਿਲਾਫ਼ ਜ਼ਹਿਰ ਉਗਲੀ। ਇਹ ਠੀਕ ਹੈ ਕਿ ਜੈਸ਼ ਏ ਮੁਹੰਮਦ ਵਰਗੀਆਂ ਜਥੇਬੰਦੀਆਂ ਇਸ ਲਈ ਜ਼ਿੰਮੇਵਾਰ ਨੇ, ਜ਼ਿੰਮੇਵਾਰੀ ਉਹਨਾਂ ਨੇ ਚੁੱਕ ਲਈ ਹੈ, ਪਰ ਉਸ ਜ਼ਿੰਮੇਵਾਰੀ ਚੁੱਕਣ ਦਾ ਜਿਹੜਾ ਸਿਆਸੀ ਫਾਇਦਾ ਕਿਸ ਨੂੰ ਹੋ ਰਿਹਾ? ਜੈਸ਼ ਵਾਲਿਆਂ ਨੂੰ, ਮਸੂਦ ਨੂੰ ਲੱਗਦਾ ਕਿ ਮੈਂ ਵੱਡਾ ਨੇਤਾ ਬਣ ਗਿਆ, ਮਜ਼ਹਬ ਦਾ ਹੀਰੋ ਬਣ ਗਿਆ, ਉਹਦੀ ਆਪਣੀ ਦੁਕਾਨ ਚੱਲ ਨਿਕਲੀ, ਉਹਨੂੰ ਫੰਡਿੰਗ ਹੋ ਗਈ, ਉਹਦੇ ਕੋਲ ਰਾਜ ਸੱਤਾ ਆ ਗਈ ਹੈ, ਉਹਦਾ ਕੇਡਰ ਭਰਤੀ ਹੋ ਗਿਆ, ਉਹਦੇ ਲਈ ਇਹ ਜਿਹੜੀ ਕਸਾਬ ਜਾਂ ਆਦਲ ਅਹਿਮਦ ਡਾਰ ਵਰਗੀ ਜਿਹੜੀ ਇਹ ਬੰਬਾਂ ਦੀ ਪਨੀਰੀ ਹੈ, ਮਨੁੱਖੀ ਬੰਬਾਂ ਦੀ, ਇਹ ਹੋਰ ਵੱਧ ਜਾਣੀ ਹੈ। ਗਰੀਬ ਗੁਰਬਤ ਮਾਰੇ ਲੋਕਾਂ ਨੂੰ ਧਰਮ ਦੇ ਨਾਂ 'ਤੇ ਗੁੰਮਰਾਹ ਕਰਕੇ, ਉਹਨਾਂ ਦੇ ਬੱਚਿਆਂ ਨੂੰ ਦੁਨੀਆਦਾਰੀ ਦੀ ਆਲਮੀ ਸਿੱਖਿਆ ਤੋਂ ਦੂਰ ਕਰਕੇ, ਮਜ਼ਹਬ ਦੀ ਕੱਟੜ ਸਿੱਖਿਆ ਦੇ ਕੇ ਮਨੁੱਖੀ ਬੰਬਾਰ ਬਣਾਇਆ ਜਾ ਰਿਹਾ ਹੈ। ਇਹ ਬੰਬਾਰ ਹਰ ਧਰਮ ਦੇ ਵਿੱਚ ਵੱਧ ਰਹੇ ਨੇ। ਸੋਚਣਾ ਪੈਣਾ ਕਿ ਧਰਮ ਕੱਟੜਤਾ ਨਹੀਂ ਸਿਖਾਉਂਦਾ, ਮਜ਼ਹਬ ਨਹੀਂ ਸਿਖਾਉਂਦਾ ਆਪਸ ਦੇ ਵਿੱਚ ਵੈਰ ਰੱਖਣਾ, ਪਰ ਹੁਣ ਮਜ਼ਹਬ ਹੀ ਸਿਖਾਉਂਦਾ ਆਪਸ ਦੇ ਵਿੱਚ ਵੈਰ ਰੱਖਣਾ। ਇਸ ਧਮਾਕੇ ਦੇ ਬਾਰੇ ਤੁਹਾਡਾ ਕੀ ਨਜ਼ਰੀਆ? ਇਸ ਤਰ੍ਹਾਂ ਦੇ ਧਮਾਕੇ ਸਿਆਸਤ ਪੈਦਾ ਕਰਦੀ ਹੈ, ਕਿਉਂਕਿ ਇਸ ਤਰ੍ਹਾਂ ਦੇ ਧਮਾਕਿਆਂ ਦਾ ਸਿਆਸਤਦਾਨ ਨੂੰ ਫਾਇਦਾ ਹੁੰਦਾ ਹੈ। ਲਾਸ਼ਾਂ 'ਤੇ ਸਿਵਿਆਂ ਦੇ ਸੇਕ ਦੇ ਨਾਲ ਉਹਨਾਂ ਦੀਆਂ ਸਰਕਾਰਾਂ ਬਣਦੀਆਂ ਨੇ। ਤੁਸੀਂ ਆਉਣਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਸਰ ਇਹ ਤਾਂ ਤੁਸੀਂ ਸਾਰਾ ਕੁਝ ਦੱਸ ਹੀ ਦੱਸਿਆ ਨਾ ਜੀ। ਸਰ ਇਹਨੂੰ ਸਾਰੇ ਨੂੰ ਪੋਲਿਟਿਕਸ ਕਰਵਾ ਰਹੀ ਹੈ ਲੋਕਾਂ ਦਾ ਮਾਈਂਡ ਸੈੱਟ ਕਰਨ ਵਾਸਤੇ, ਠੀਕ ਹੈ ਨਾ। ਇਹਨਾਂ ਦੇ ਭਾਵੇਂ 5 ਮਰਨ 50 ਮਰਨ, ਇਹਨਾਂ ਨੂੰ ਆਪਣਾ ਫਾਇਦਾ ਮਿਲਣਾ ਚਾਹੀਦਾ। ਹੁਣ ਆਪਣੇ ਸਰ ਪੰਜਾਬ 'ਚ ਇਲੈਕਸ਼ਨ ਸੀ, ਮੋੜ ਬੰਬ ਧਮਾਕਾ ਹੋਇਆ ਸੀਗਾ, ਜਦੋਂ ਉਹਦੀ ਬਾਅਦ 'ਚ ਜਾਂਚ ਚੱਲੀ, ਦੇਖੋ ਉਹਦੀ ਜਾਂਚ ਫਿਰ ਕਿਤੇ ਨੂੰ ਗਈ ਜਾਂ ਪੋਲਟੀਸ਼ਨਾਂ ਵੱਲੋਂ ਚੱਲੀ, ਉਹਦੇ ਵਾਪਸ ਬੁਲਾ ਲਈ ਗਈ, ਠੀਕ ਹੈ ਨਾ। ਉੱਥੇ ਜਾਂਚ ਰੋਕ ਦਿੱਤੀ ਗਈ ਹੈ ਜੀ। ਇਹਨਾਂ ਨੇ ਸਰ ਲੋਕਾਂ ਨੂੰ ਭੜਕਾ ਕੇ, ਲੋਕਾਂ ਨੂੰ ਅੱਗਾਂ ਲਵਾ ਕੇ, ਇਹਨਾਂ ਲੋਕਾਂ ਦੇ ਝੌਂਕਿਆਂ ਨੂੰ ਵੀ ਅੱਗ ਲਾ ਦੇਣੀ ਹੈ, ਠੀਕ ਹੈ ਨਾ। ਇਹਨਾਂ ਬੰਬ ਧਮਾਕੇ ਵੀ ਕਰਾਉਣੇ ਨੇ ਹੁਣ। ਇਹਨਾਂ ਨੇ ਮਤਲਬ ਜਿਵੇਂ ਐਂਟੀ ਇੰਡੀਆ ਕਰਕੇ ਪਾਕਿਸਤਾਨ ਨੇ ਆਪਣੀ ਰਾਜਨੀਤੀ ਦੇ ਵਿੱਚ ਵੋਟ ਲਈ ਹੈ, ਉਸ ਤਰ੍ਹਾਂ ਇਹਨਾਂ ਨੇ ਹੁਣ ਐਂਟੀ ਪਾਕਿਸਤਾਨ ਕਰਕੇ ਇੰਡੀਆ ਦੇ ਵਿੱਚ ਲੋਕਾਂ ਨੂੰ ਡਰਾ ਕੇ ਵੋਟ ਲੈਣੀ ਹੈ ਵੀ ਨਹੀਂ, ਦੇਖੋ ਜੀ ਦੇਖੋ ਜੀ ਪਾਕਿਸਤਾਨ ਤਾਂ ਆ ਗਿਆ। ਇਹ ਸਾਰਾ ਕੁਝ ਸਰ ਏਜੰਸੀਆਂ ਦੀ ਚਾਲ ਹੈ, ਲੋਕਾਂ ਨੂੰ ਮਾਰਿਆ ਜਾ ਰਿਹਾ। ਜਦੋਂ ਪਾਰਟੀਸ਼ਨ ਹੋਇਆ ਉਦੋਂ ਵੀ ਲੋਕ ਮਰੇ ਨੇ, ਨਾ ਕੋਈ ਨਹਿਰੂ ਦਾ ਮਰਿਆ, ਨਾ ਕੋਈ ਜਿੰਨਾ ਦਾ ਮਰਿਆ, ਹੈ ਹੁਣ ਵੀ ਲੋਕ ਹੀ ਮਰ ਰਹੇ ਨੇ। ਤੇ ਸਰ ਜਦੋਂ ਲੋਕ ਮਰਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ, ਜਦੋਂ ਇਹ ਲੀਡਰ ਮਰਦੇ ਨੇ ਇਹਨਾਂ ਦੀ ਫਟਾਫਟ ਸੁਣਵਾਈ ਹੈ, ਹੈ ਉਹਨਾਂ ਬੰਦਿਆਂ ਨੂੰ ਫਾਂਸੀਆਂ ਦੇ ਦਿੱਤੀਆਂ ਜਾਂਦੀਆਂ ਨੇ। ਤੇ ਸਰ ਇਹ ਜਨਤਾ ਇਹ ਮਰਦੀ ਹੈ, ਮਰਦੀ ਰਹੂਗੀ। ਜੇ ਜਨਤਾ ਇਹਨਾਂ ਧਮਾਕਿਆਂ ਤੋਂ ਡਰ ਕੇ ਫਿਰ ਵੀ ਵੋਟ ਗਲਤ ਪਾਸੇ ਪਾਉਂਦੀ ਹੈ, ਉਹ ਵੀ ਇਹਨਾਂ ਦੀ ਗਲਤ ਗੱਲ ਹੈ। ਇਹਨਾਂ ਨੂੰ, ਇਹਨਾਂ ਦੋਨੇ ਬਦਲਾਂ ਨੂੰ ਛੱਡ ਕੇ ਕੋਈ ਤੀਜਾ ਬਦਲ ਲੱਭ ਕੇ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ, ਠੀਕ ਹੈ ਨਾ। ਹੁਣ ਤੁਸੀਂ ਦੇਖੋ ਸਰ ਇਹ ਜਿਹੜਾ ਐਕਸੀਡੈਂਟ ਪ੍ਰਾਈਮ ਮਿਨਿਸਟਰ ਹੈ ਮਨਮੋਹਨ ਸਿੰਘ, ਉਹ ਐਕਸੀਡੈਂਟਲ ਨਹੀਂ ਸੀ, ਐਕਸੀਡੈਂਟ ਤਾਂ ਕਾਂਗਰਸ ਹੋ ਚੁੱਕੀ ਹੈ। ਐਕਸੀਡੈਂਟਲ ਕਾਂਗਰਸ ਨੇ ਐਕਸੀਡੈਂਟਲ CM ਦੇ ਦਿੱਤਾ ਪੰਜਾਬ ਨੂੰ, ਜਿਹਦੇ ਪਹਿਲੀ ਭ੍ਰਿਸ਼ਟਾਚਾਰ ਦੇ ਕੇਸ ਨੇ। ਤੇ ਉਸ ਤੋਂ ਬਾਅਦ ਸਰ ਉਹਨੂੰ ਹੁਣ ਸੈਂਟਰ ਏਜੰਸੀਆਂ ਨੇ PM ਨੇ ਦਵਾਇਆ ਹੋਇਆ ਵੀ ਜੇ ਤੂੰ ਸਾਡੇ ਕੋਲ ਕੁਛ ਆ ਕੇ ਮੰਗਿਆ ਦੇ ਲੈ, ਤੇਰੇ ਕੇਸ ਖੋਲ ਦੂੰ। ਹੈ ਤੂੰ ਕਰਤਾਰਪੁਰ ਲਾਂਘੇ ਦੇ ਉਲਟ ਬਿਆਨ ਦੇ, ਹੈ ਤੂੰ ਨਵਜੋਤ ਸਿੰਘ ਦੇ ਉਲਟ ਬਿਆਨ ਦੇ, ਠੀਕ ਹੈ ਨਾ। ਉਹ ਵੀ ਰਾਹੁਲ ਗਾਂਧੀ ਤੁਸੀਂ ਬੁੱਧੂ ਬਣਾ ਕੇ ਰੱਖੋ, ਜੇ ਥੋੜਾ ਆਮ ਆਦਮੀ ਪਾਰਟੀ ਦਾ ਸਿਹੋਤਾ ਹੁੰਦਾ ਤੁਸੀਂ ਹੋਣ ਨਹੀਂ ਦੇਣਾ, ਤੁਸੀਂ ਉਹਦੇ ਉਲਟ ਬਿਆਨ ਦਿਓ। ਆਈ ਉਹਨਾਂ ਨੇ ਸ਼ੀਲਾ ਦੀ ਗਰਦਨ ਤੇ ਗੋਡਾ ਰਖਾਇਆ ਵੀ ਤੂੰ ਦਿੱਲੀ 'ਚ ਸਟੇਟ ਦੀ, ਹੈ ਤੂੰ ਇਹ ਹੋਣ ਨਾ ਦੇ। ਉਹਨਾਂ ਨੂੰ ਪਤਾ ਵੀ ਅਗਰ ਜੇ ਹੁੰਦਾ ਹੈ ਫਿਰ ਉਹਨਾਂ ਦੀ ਵੱਟੀ ਸਾਫ਼ ਹੋ ਜਾਣੀ ਹੈ, ਠੀਕ ਹੈ ਨਾ। ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ, ਮੈਂ ਇਸ ਲੋਕਤੰਤਰ ਨੂੰ ਬਚਾਉਣ ਵਾਸਤੇ ਗੱਲ ਕਰ ਰਿਹਾ ਹਾਂ ਵੀ ਇਹ ਐਸੀ ਗੰਦੀ ਰਾਹ ਚੱਲ ਗਈ, ਸ਼ਾਇਦ ਦੇਸ਼ ਦੇ ਟੁਕੜੇ ਹੋ ਜਾਣ, ਆਉਣ ਵਾਲੇ ਦੇਸ਼ ਦੇ ਵਿੱਚ ਦੰਗੇ ਵੀ ਹੋ ਸਕਦੇ ਟਾਈਮ ਦੇ ਵਿੱਚ, ਜਿਵੇਂ ਇਲੈਕਸ਼ਨ ਨੇੜੇ ਆਉਂਦੀ ਹੈ, ਹੋਰ ਬੰਬ ਧਮਾਕੇ ਵੀ ਹੋਣਗੇ ਮੈਨੂੰ ਲੱਗਦਾ, ਜਿਹੜੇ ਹਿਸਾਬ ਨਾਲ ਸ਼ਾਇਦ ਜਵਾਨ ਮਾਰੇ ਜਾਣ, ਸ਼ਾਇਦ ਜਨਤਾ ਮਾਰੀ ਜਾਵੇ, ਇਹ ਸਾਰੇ ਪੋਲਟੀਸ਼ੀਅਨ ਕਰਾਉਂਦੇ ਰਹਿਣਗੇ। ਥੈਂਕ ਯੂ ਜੀ। ਪਿਛਲੇ ਹਫ਼ਤੇ ਆਪਾਂ ਇਸ ਵਿਸ਼ੇ 'ਤੇ ਪ੍ਰੋਗਰਾਮ ਵੀ ਕੀਤਾ ਸੀ ਕਿ ਅਮੈਰੀਕਾ ਦੀ ਖੁਫੀਆ ਏਜੰਸੀ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਇਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਦੇ ਵਿੱਚ ਮਜ਼ਹਬ ਦੇ ਨਾਂ 'ਤੇ ਦੰਗੇ ਹੋ ਸਕਦੇ ਨੇ। ਅੱਜ
ਭਾਰਤ ਦਾ ਖਾਸ ਕਰਕੇ ਅਖੌਤੀ ਹਿੰਦੁਸਤਾਨੀ ਮੀਡੀਆ ਕੀ ਕਰ ਰਿਹਾ, ਚੀਖ ਚੀਖ ਕੇ ਅੱਗਾਂ ਲਾਉਣ ਦੀ ਗੱਲ ਕਰਦੇ ਆ ਕਿ ਮਾਰ ਦਿਓ, 40.5 ਮਾਰਦੇ ਨੇ ਉੱਧਰ, 400 ਮਾਰ ਦਿਓ, ਉਹ 4000 ਮਾਰਨਗੇ, ਅਸੀਂ 4 ਲੱਖ ਮਾਰਾਂਗੇ, ਉਹ 4 ਕਰੋੜ ਮਾਰਨਗੇ, ਹੱਦ ਕਿੱਥੇ ਹੈ? ਹੀਰੋਸ਼ੀਮਾ ਨਾਗਾਸਾਕੀ ਵਾਪਰੇ ਨੇ, ਕੀ ਕਦੇ ਜੰਗ ਦੇ ਨਾਲ ਇਹ ਗੁੱਥੀ ਹੈ ਜਿਹੜੀ ਕਦੇ ਸੁਲਝੀ ਹੈ? ਆਖਰ ਡਾਇਲੋਗ ਰਚਾਉਣਾ ਪੈਣਾ, ਕਿਉਂ ਅਸੀਂ ਗੱਲਬਾਤ ਤੋਂ ਇਨਕਾਰੀ ਹੋ ਰਹੇ ਹਾਂ? ਸੋ ਇਸ ਦੇ ਵਿੱਚ ਪੰਜਾਬ ਦੀ ਸਿਆਸਤ ਵੇਖ ਲਓ, 100 ਦੇ ਕਰੀਬ ਬੇਅਦਬੀ ਦੀਆਂ ਘਟਨਾਵਾਂ ਅਕਾਲੀਆਂ ਵਕਤ ਵਾਪਰੀਆਂ, 78-80 ਘਟਨਾਵਾਂ ਕੈਪਟਨ ਦੇ ਇਸ ਰਾਜ ਭਾਗ ਦੇ 21 ਮਹੀਨਿਆਂ ਦੇ ਦੌਰਾਨ ਵਾਪਰ ਗਈਆਂ ਨੇ। ਇਹ ਘਟਨਾਵਾਂ ਨਹੀਂ ਰੁਕਣੀਆਂ ਜਦੋਂ ਤੱਕ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦਾ ਸਿਆਸੀ ਫਾਇਦਾ ਅਤੇ ਨੁਕਸਾਨ ਸਿਆਸੀ ਧਿਰਾਂ ਨੂੰ ਹੁੰਦਾ। ਬੇਅਦਬੀ ਦੇ ਮੁੱਦੇ 'ਤੇ ਜਦੋਂ ਅਸੀਂ ਇਮੋਸ਼ਨਲ ਹੁੰਦੇ ਹਾਂ, ਜਿੰਨਾ ਚਿਰ ਅਸੀਂ ਇਸ ਤਰ੍ਹਾਂ ਦੀਆਂ ਨਪਾਕ ਹਰਕਤਾਂ 'ਤੇ ਇਮੋਸ਼ਨਲ ਹੁੰਦੇ ਰਹਾਂਗੇ, ਉਨੀ ਦੇਰ ਤੱਕ ਇਹ ਘਟਨਾਵਾਂ ਘਟਣਗੀਆਂ। ਤੁਹਾਨੂੰ ਚੇਤੇ ਹੋਣਾ ਕਿ ਮੰਦਰਾਂ ਦੇ ਵਿੱਚ ਗਊ ਦੀਆਂ ਪੂੰਛਾਂ, ਗੁਰੂ ਘਰਾਂ ਦੇ ਵਿੱਚ ਸਿਗਟਾਂ ਬੀੜੀਆਂ ਸੁੱਟ ਕੇ ਕਿਸ ਤਰ੍ਹਾਂ ਸਮਾਜ ਨੂੰ ਵੰਡਿਆ ਗਿਆ ਅਤੇ ਸਿਆਸਤ ਜਿਹੜੀ ਆ ਸੁਲਗੀ, ਪੰਜਾਬ ਜਿਹੜਾ ਭਾਂਬੜ ਵਾਂਗੂ ਮੱਚਿਆ। ਅੱਜ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਹੀ ਕਿਉਂ ਨੇ? ਬਾਰਡਰ ਤੋਂ ਪਾਰ ਜਾਓ ਹਰਿਆਣੇ 'ਚ ਕੀ ਗੁਰੂ ਘਰ ਨਹੀਂ, ਬਿਹਾਰ 'ਚ ਚਲੇ ਜਾਓ ਸੁੰਨੇ ਗੁਰੂ ਘਰ ਨੇ, ਕੋਈ ਪਹਿਰੇਦਾਰ ਵੀ ਨਹੀਂ ਹੁੰਦਾ, ਕੋਈ ਗ੍ਰੰਥੀ ਵਜ਼ੀਰ ਵੀ ਨਹੀਂ ਹੁੰਦਾ, ਅਤੇ ਉੱਥੇ ਬੇਅਦਬੀ ਦੀ ਘਟਨਾ ਕਿਉਂ ਨਹੀਂ ਘਟਦੀ? ਪੰਜਾਬ 'ਚ ਸਿਕਿਉਰਿਟੀ ਕੈਮਰਿਆਂ ਦੇ ਬਾਵਜੂਦ ਬੇਅਦਬੀ ਦੀਆਂ ਘਟਨਾਵਾਂ ਕਿਉਂ ਘਟਦੀਆਂ ਨੇ? ਕਿਉਂਕਿ ਉਹਨਾਂ ਦਾ ਸਿਆਸੀ ਫਾਇਦਾ ਅਤੇ ਨੁਕਸਾਨ ਹੈ। ਸੋ ਬੇਅਦਬੀ ਦੀ ਘਟਨਾ ਵੀ ਸਰਕਾਰਾਂ ਨੂੰ ਬਣਾਉਣ ਅਤੇ ਤੋੜਨ ਦੇ ਲਈ ਘਟੀ ਗਈ ਸੀ। ਜਿੰਨੀ ਦੇਰ ਇਹਨਾਂ ਧਮਾਕਿਆਂ ਦਾ ਇਹ ਅਸਰ ਰਹੇਗਾ ਸਿਆਸਤ 'ਤੇ, ਉਨੀ ਦੇਰ ਇਹ ਧਮਾਕੇ ਹੁੰਦੇ ਰਹਿਣਗੇ। ਇਹ ਤਾਂ ਅਜੇ ਟ੍ਰੇਲਰ ਹੈ, ਫਿਲਮਾਂ ਅੱਗੇ ਵੀ ਆ ਸਕਦੀਆਂ ਨੇ। ਮੌਲਾ ਮਿਹਰ ਕਰੇ 2019 ਦੇ ਇਹਨਾਂ ਚੋਣਾਂ ਤੋਂ ਪਹਿਲਾਂ ਪਤਾ ਨਹੀਂ ਕੀ ਕੀ ਇਸ ਚੋਣੇ ਨੇ ਕਰਨਾ। ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਆ, ਪਹਿਲਾਂ ਤਾਂ ਜਿਹੜੇ ਨਾ ਸ਼ਹੀਦ ਹੋਏ ਆ ਸਾਡੇ ਯੋਧੇ, ਉਹਨਾਂ ਦੇ ਬੰਦੋਬਸਤ ਹੋਇਆ ਜੋ ਵੀ ਆ, ਪਰ ਇਹਦੇ ਨਾਲ ਮੈਂ ਬਹੁਤ ਦੁੱਖ ਸਾਂਝਾ ਕਰਦਾ ਉਹਨਾਂ ਦੇ ਪਰਿਵਾਰ ਨੂੰ, ਔਰ ਉਹਨਾਂ ਦੇ ਹਰ ਪਰਿਵਾਰ ਦੇ ਮੈਂਬਰ ਨੂੰ 1-1 ਕਰੋੜ ਰੁਪਈਆ ਦੇਣਾ ਚਾਹੀਦਾ ਮੋਦੀ ਗੌਰਮੈਂਟ ਨੂੰ, ਵੀ ਉਹਨਾਂ ਨੂੰ ਪੈਸੇ ਦੇਣ, ਉਹਨਾਂ ਦੇ ਬੱਚਿਆਂ ਦਾ ਖਿਆਲ ਰੱਖਣ। ਇਹ ਬਹੁਤ ਜ਼ਿਆਦਾ ਮਨਭਾਗੀ ਖਬਰ ਹੈ। ਦੂਸਰੀ ਗੱਲ ਰਹੀ ਗੱਲ ਸੁਸ਼ੀਲ ਜਾਖੜ, ਉਦੋਂ ਪਹਿਲਾਂ ਕਦੇ ਮੋਟਰਸਾਈਕਲ ਤੇ ਜਾ ਕੇ ਵਧਾ ਲਓ ਬਹਿ ਜਾਂਦਾ ਵੀ ਜੀ। ਥੈਂਕ ਯੂ। ਦੇਖੋ, ਜਿੰਨੀ ਦੇਰ ਅਸੀਂ ਇਹਨਾਂ ਘਟਨਾਵਾਂ ਦਾ ਅਸਰ ਵੇਖਦੇ ਹੋਏ ਆਪਣਾ ਵੋਟ ਪਾਉਣ ਦਾ ਮਾਇੰਡ ਬਣਾਵਾਂਗੇ ਕਿ ਯਾਰ ਪਾਕਿਸਤਾਨ ਤੋਂ ਬਦਲਾ ਲੈਣਾ ਚਾਹੀਦਾ, ਬਦਲਾ ਲੈਣ ਵਾਸਤੇ 56-ਇੰਚੀ ਸਰਕਾਰ ਮੋਦੀ ਸਾਹਿਬ ਹੀ ਠੀਕ ਨੇ, ਜਾਂ ਕਾਂਗਰਸ ਹੀ ਠੀਕ ਹੈ, ਜਾਂ ਜਿਹੜੇ ਨੇ ਬਾਕੀ ਅਲਾਇੰਸ ਹੈ ਉਹੀ ਠੀਕ ਹੈ, ਉਨੀ ਦੇਰ ਹੋਏਗਾ। ਸਰਕਾਰਾਂ ਦੀ, ਸਿਆਸਤਦਾਨਾਂ ਦੀ ਕਾਰਗੁਜ਼ਾਰੀ ਜਿੰਨੀ ਅਸੀਂ ਸਿਆਣਪ ਦੇ ਆਧਾਰ 'ਤੇ ਨਹੀਂ ਪਰਖਾਂਗੇ, ਜਿੰਨੀ ਉਹਨਾਂ ਦੀ ਕਾਰਗੁਜ਼ਾਰੀ ਅਸੀਂ ਉਹਨਾਂ ਦੀ ਕੀਤੀ ਡਿਵੈਲਪਮੈਂਟ ਜਾਂ ਦੇਸ਼ ਲਈ ਉਹਨਾਂ ਦੇ ਕੀਤੇ ਚੰਗੇ ਕੰਮਾਂ ਦੀ ਬਿਨਾਹ 'ਤੇ ਨਹੀਂ ਪਰਖਾਂਗੇ, ਉਹਨਾਂ ਨੂੰ ਵੋਟ ਉਹਨਾਂ ਦੇ ਚੰਗੇ ਕੰਮਾਂ ਦੇ ਆਧਾਰ 'ਤੇ ਨਹੀਂ ਦੇਵਾਂਗੇ, ਉਨੀ ਦੇਰ ਇਹ ਲੋਕ ਇਸ ਤਰ੍ਹਾਂ ਦੀਆਂ ਨੀਚ ਹਰਕਤਾਂ। ਕਿੰਨਾ ਸਿਖਾਲਾ ਕਿ ਤੁਸੀਂ ਨਾ ਡਿਵੈਲਪਮੈਂਟ ਕਰਾਓ, ਪੈਸਾ ਲੁੱਟ ਲੁੱਟ ਵਿਦੇਸ਼ਾਂ ਨੂੰ ਲਿਜਾਈ ਜਾਓ, ਆਪਣੇ ਘਰ ਭਰੀ ਜਾਓ, ਅਮੀਰ ਹੋਈ ਜਾਓ, ਗਰੀਬ ਦੀ ਰੋਟੀ ਖੋਈ ਜਾਓ, ਅਤੇ ਫਿਰ ਇਸ ਤਰ੍ਹਾਂ ਮਜ਼ਹਬ ਦੇ ਨਾਂ 'ਤੇ ਕੋਈ ਨਪਾਕ ਹਰਕਤ ਕਰ ਦਿਓ, ਅਤੇ ਅਸੀਂ ਭੇਡਾਂ ਵਾਂਗੂ ਇਮੋਸ਼ਨਲ ਹੋ ਕੇ ਕਿ ਇਹ ਐਂਟੀ ਸਿੱਖ ਹੈ, ਇਹ ਐਂਟੀ ਹਿੰਦੂ ਹੈ, ਇਹ ਐਂਟੀ ਮੁਸਲਿਮ ਹੈ, ਉਸ ਨੂੰ ਵੋਟ ਪਾ ਦਿਓ, ਅਤੇ ਉਸ ਤੋਂ ਬਦਲਾ ਲੈਣ ਦੇ ਵਾਸਤੇ ਅਸੀਂ ਇਸ ਤਰ੍ਹਾਂ ਦੇ ਮਜ਼ਹਬੀ ਜਨੂੰਨੀਆਂ ਨੂੰ ਮਜ਼ਬੂਤ ਬਣਾ ਦਿਓ। ਇਹ ਸਾਡੇ ਦਿਮਾਗਾਂ ਦੇ ਵਿੱਚ ਜਿਹੜੀ ਮਜ਼ਹਬਾਂ ਦੀ, ਅਖੌਤੀ ਮਜ਼ਹਬਾਂ ਦੀ, ਕਿਉਂਕਿ ਮਜ਼ਹਬ ਆਪਣੇ ਆਪ ਦੇ ਵਿੱਚ ਬਹੁਤ ਬਿਹਤਰ ਚੀਜ਼ਾਂ ਨੇ, ਮੈਂ ਕੋਈ ਮਜ਼ਹਬ ਦਾ ਵਿਰੋਧੀ ਨਹੀਂ। ਇੱਕ ਸੱਜਣ ਇਸ ਬਾਰੇ ਕਹਿ ਵੀ ਰਹੇ ਨੇ ਕਿ ਤੁਸੀਂ ਕਾਮਰੇਡ ਹੋ ਜਾਂ ਸਿੱਖ ਹੋ, ਨਾ ਮੈਂ ਕਾਮਰੇਡ ਹਾਂ ਨਾ ਮੈਂ ਸਿੱਖ ਹਾਂ। ਧਰਮ ਕੋਈ ਵੀ ਹੈ, ਧਰਮ ਦੇ ਜਿਹੜੇ ਅਸਲ ਮੂਲ ਸਿਧਾਂਤ ਨੇ ਉਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ। ਧਰਮ ਤੋਂ ਬਾਅਦ ਜਿਹੜੇ ਅਖੌਤੀ ਸਿਧਾਂਤ ਬਣੇ ਨੇ, ਭਾਵੇਂ ਉਹ ਮਨੂ ਸਿਮਰਤੀਆਂ ਹੋਣ,
ਭਾਵੇਂ ਰਹਿਤ ਮਰਿਆਦਾ ਦੇ ਨਾਂ 'ਤੇ ਸਿੱਖੀ 'ਚ ਠੋਸੀਆਂ ਕੋਈ ਚੀਜ਼ਾਂ ਹੋਣ ਜਾਂ ਮੁਸਲਿਮ ਧਰਮ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਕਿ ਹੂਰਾਂ ਮਿਲਣਗੀਆਂ, ਸ਼ਹਿਦ ਦੀਆਂ ਨਦੀਆਂ, 150 ਰੁਪਏ ਕਿਲੋ ਸ਼ਹਿਦ ਹੈ, 250 ਦੀ ਹੂਰ ਤੁਹਾਨੂੰ ਹੀਰਾ ਮੰਡੀ ਮਿਲ ਜਾਏਗੀ, ਤੁਸੀਂ 72 ਕੀ ਭਾਵੇਂ 7200 ਖਰੀਦ ਲਓ, 300 ਰੁਪਏ ਦਿਹਾੜੀ ਹੈ ਅਤੇ 250 ਦੀ ਹੂਰ ਮਿਲ ਜਾਂਦੀ ਹੈ, ਉਸ ਦੇ ਲਈ ਤੁਹਾਨੂੰ ਇੰਨੀ ਮਾਸੂਮਾਂ ਦੀ ਜਾਨ ਲੈਣ ਦੀ ਕੀ ਲੋੜ ਹੈ। ਪਰ ਜਦੋਂ ਧਰਮ ਦੇ ਵਿੱਚ ਗਾਜ਼ੀ ਬਣਦੇ ਨੇ, ਜਦੋਂ ਸ਼ਹੀਦ ਬਣਦੇ ਨੇ, ਤਾਂ ਫਿਰ ਇਹ ਜਿਹੜੇ ਅਖੌਤੀ ਸ਼ਹੀਦ ਇਸ ਤਰ੍ਹਾਂ ਦੇ ਡਾਰ ਇਸ ਤਰ੍ਹਾਂ ਦੇ ਕਸਾਬ ਹੈ ਜਿਹੜੇ ਪੈਦਾ ਹੁੰਦੇ ਰਹਿਣਗੇ। ਤੁਸੀਂ ਵੇਖੋ ਕਿ ਇਹ ਕੱਟੜ ਲੋਕ ਹਰ ਮਜ਼ਹਬ 'ਚ ਵੱਧ ਰਹੇ ਨੇ, ਸਿੱਖਇਜ਼ਮ 'ਚ ਵੱਧ ਰਹੇ ਨੇ, ਹਿੰਦੂਆਂ 'ਚ ਵੱਧ ਰਹੇ ਨੇ, ਮੁਸਲਮਾਨਾਂ 'ਚ ਵੱਧ ਰਹੇ ਨੇ, ਕਿਹੜੇ 'ਚ ਨਹੀਂ ਵੱਧ ਰਹੇ। ਛੋਟੇ ਛੋਟੇ ਬੱਚੇ RSS ਦੀ ਜੋ ਪੈਦਾਇਸ਼ ਨੇ ਕਿਸ ਤਰ੍ਹਾਂ ਕਹਿੰਦੇ ਨੇ ਦੁੱਧ ਮੰਗੋ ਖੀਰ ਦੇਵਾਂਗੇ, ਕਸ਼ਮੀਰ ਮੰਗੋ ਚੀਰ ਦੇਵਾਂਗੇ, ਛੋਟੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਭਾਰਤ ਜਾਂ ਪਾਕਿਸਤਾਨ ਦਾ ਨਾਂ ਵੀ ਲਿਖਣਾ ਨਹੀਂ ਆਉਂਦਾ, ਕਿੱਡੀਆਂ ਅੱਗ ਆਫ ਲਾਊ ਸਪੀਚਾਂ ਉਹਨਾਂ ਦੀਆਂ ਯੂਟਿਊਬ 'ਤੇ ਪਈਆਂ ਨੇ। ਇਹ ਪਾਕਿਸਤਾਨ ਦੇ ਬੱਚੇ ਵੀ ਇਹ ਕੁਛ ਕਰ ਰਹੇ ਨੇ ਅਤੇ ਭਾਰਤੀ ਬੱਚੇ ਵੀ ਇਹ ਕੁਛ ਕਰ ਰਹੇ ਨੇ, ਕਿਉਂਕਿ ਉੱਥੋਂ ਫਿਰ ਇਸ ਤਰ੍ਹਾਂ ਦੇ ਕੱਟੜ ਆਗੂ ਪੈਦਾ ਹੁੰਦੇ ਨੇ ਜਿਹੜੇ ਅੱਗ ਲਾ ਕੇ ਡੱਬੂ ਕੰਧ 'ਤੇ ਹੁੰਦੇ ਨੇ ਅਤੇ ਮਰਦੇ ਫਿਰ ਮਾਸੂਮ ਨੇ। ਤੁਸੀਂ ਆਉਣਾ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮਹਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਮੰਦਭਾਗੇ ਵਰਤਾਰੇ 'ਤੇ? ਕਹਿਣਾ ਇਹ ਆ ਜੀ, ਟਵਾਣਾ ਬਾਈ ਜੀ, ਦੇਖੋ ਜੀ, ਜਿੱਥੇ ਅਨਪੜ੍ਹ ਮੰਤਰੀ ਹੋਣ, ਪੜ੍ਹੇ ਲਿਖਿਆਂ ਦੇ ਡਾਂਗਾਂ ਪੈਂਦੀਆਂ ਹੋਣ, ਪੁਲਿਸ ਵਾਲੇ ਨਸ਼ੇ ਵੇਚਣ ਵਾਲਿਆਂ ਦੇ ਰਲੇ ਹੋਣ, ਹਾਂਜੀ ਜੀ, ਪੜ੍ਹੇ ਲਿਖੇ ਬੱਚੇ ਸਟੇਟ ਤੋਂ ਬਾਹਰ ਭੱਜਦੇ ਹੋਣ, ਜਿਹੜੇ ਸਟੇਟ ਬਾਕੀ ਬੱਚੇ ਆ ਪਿੰਡਾਂ ਵਿੱਚ ਜਾ ਕੇ ਤੁਸੀਂ ਦੇਖੋ ਵਿਹਲੇ ਨਿਆਣੇ ਘੁੰਮਦੇ ਸਾਰਾ ਦਿਨ ਵਿਹਲੇ, ਕੰਮ ਕੋਈ ਨੀ, ਮੋਟਰਸਾਈਕਲ ਲੈ ਕੇ ਇੱਧਰ ਭੱਜ ਗਏ ਉੱਧਰ ਭੱਜ ਗਏ, ਕੰਮ ਹੀ ਕੋਈ ਨੀ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਟਵਾਣਾ ਬਾਈ ਜੀ, ਬਹੁਤ ਬੁਰਾ ਹਾਲ ਆ। ਨਿਆਣੇ ਨੂੰ ਕੰਮ ਥੋੜੀ ਆ, ਕੋਈ ਗਰੁੱਪਾਂ ਦੇ ਗਰੁੱਪ ਵਿਹਲੇ ਬਣਾ ਕੇ ਭੱਜੇ ਫਿਰਦੇ ਆ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਉਹ ਜਿਸ ਲਈ ਨਿਆਣਿਆਂ ਨੂੰ ਕੰਮ ਹੀ ਨੀ ਮਿਲਦਾ, ਤਾਂ ਨਿਆਣੇ ਕਰਨ ਵੀ ਕੀ? ਉਹ ਸਿਆਣੇ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਕੋਈ ਨਾ ਕੋਈ ਆਸਰਾ ਪਾਲਦੇ ਆ, ਕਿਸੇ ਵੀ ਗਰੁੱਪ ਦੇ ਵਿੱਚ ਰਲ ਕੇ ਗਲਤ ਕੰਮ ਕਰਦੇ ਆ। ਅੱਛਾ, ਜੇ ਨਿਆਣੇ ਨੂੰ ਕੰਮ ਮਿਲੇ ਤਾਂ ਇੱਥੇ ਬਾਹਰ ਰਹਿੰਦੇ ਆ, ਇੱਥੇ ਕੰਮ ਮਿਲਦਾ ਸਾਰਾ ਦਿਨ, ਬੰਦੇ ਨੂੰ ਟਾਈਮ ਹੀ ਨੀ ਮਿਲਦਾ, ਬੰਦਾ ਫਿਰ ਆਪਣੇ ਕੰਮ ਦੇ ਸਵੇਰੇ ਪਤਾ ਰੁਟੀਨ ਦੇ ਵਿੱਚ ਤੁਰਿਆ ਜਾਵੇ। ਸਾਡੀਆਂ ਸਰਕਾਰਾਂ ਕੰਮ ਦਾ ਤਾਂ ਨਿਆਣਿਆਂ ਦਾ ਬੰਦੋਬਸਤ ਕਰਦੀਆਂ, ਕੋਈ ਨੀ ਉੱਦਾਂ ਕੋਈ ਜੀ ਪੱਥਰਬਾਜ਼ੀ ਕਰਦੇ ਨੇ, ਤੇ ਜਾਂ ਫਿਰ ਮੁੱਲਾਂਪੁਰ ਦੇ ਵਿੱਚ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੇ ਗੈਂਗ ਬਣੇ ਨੇ ਕਿ ਕੁੜੀ ਚੱਕ ਲਓ, ਸਮਾਨ ਖੋਲੋ, ਬਲਾਤਕਾਰ ਕਰ ਦਿਓ, ਫਿਰ ਯੂਟਿਊਬ 'ਤੇ ਗੰਦ ਪਿੱਲ ਵੇਖ ਲਓ, ਈਵ ਟੀਜ਼ਿੰਗ ਕਰੋ, ਫਿਰ ਇਹ ਸਟੰਡਪਣਾ ਉੱਥੇ ਹੀ ਹੁੰਦਾ। ਧੰਨਵਾਦ। ਰਾਜਵਿੰਦਰ ਸਿੰਘ ਕਹਿੰਦੇ ਤੁਹਾਡੇ ਕੋਲ ਕੀ ਸਬੂਤ ਹੈ ਕਿ ਇਹ ਕੰਮ ਇੰਡੀਆ ਨੇ ਕਰਾਇਆ? ਭਾਈਜਾਨ, ਜਿਹੜੀਆਂ ਏਜੰਸੀਆਂ ਨੇ ਨਾ, ਜ਼ਰੂਰੀ ਨਹੀਂ ਕਿ ਜੈਸ਼ ਮੁਹੰਮਦ ਦਾ ਮਸੂਦ ਸਿਰਫ ਪਾਕਿਸਤਾਨ ਲਈ ਕੰਮ ਕਰਦਾ, ਉਹ ਹੋਰ ਏਜੰਸੀਆਂ ਲਈ, ਹੋਰ ਦੇਸ਼ਾਂ ਦੀਆਂ ਏਜੰਸੀਆਂ ਲਈ ਵੀ ਕੰਮ ਕਰਦਾ। ਇਹ ਜਿਹੜੀਆਂ ਏਜੰਸੀਆਂ ਦੇ ਪ੍ਰਮੁੱਖ ਨੇ ਇਹ ਕਿਸ ਤਰ੍ਹਾਂ ਕੰਮ ਕਰਦੇ ਨੇ ਇਹ ਸਾਰਿਆਂ ਨੂੰ ਪਤਾ। ਜ਼ਿਆਉਲ ਹੱਕ ਦੀ ਇੱਕ ਧਮਾਕੇ ਦੇ ਵਿੱਚ ਜਾਨ ਜਾਣ ਦੇ ਚਾਂਸ ਸੀ, ਲਸ਼ਕਰੇ ਤਾਇਬਾ ਨੇ ਉਸਦੀ ਜਾਨ ਲੈ ਲੈਣੀ ਸੀ ਅਤੇ ਉਸਨੂੰ ਸਤਰਕ ਕੀਤਾ ਸੀ ਭਾਰਤੀ ਏਜੰਸੀਆਂ ਨੇ ਕਿ ਜ਼ਿਆਉਲ ਹੱਕ ਦਾ ਮਰਡਰ ਹੋ ਸਕਦਾ ਅਤੇ ਉਸਦੀ ਜਾਨ ਵੀ ਬਚੀ। ਸੋ ਇਹਨਾਂ ਏਜੰਸੀਆਂ ਨੂੰ ਸਾਰਾ ਪਤਾ ਹੁੰਦਾ ਕਿ ਕਿਸ ਦੇਸ਼ ਦੇ ਵਿੱਚ ਕੀ ਕੁਛ ਵਾਪਰ ਰਿਹਾ। ਅਮੈਰੀਕਾ, ਕੈਨੇਡਾ, ਯੂਰਪ, ਇੰਗਲੈਂਡ ਦੀਆਂ ਏਜੰਸੀਆਂ ਇਸ 'ਤੇ ਪੈਨੀ ਨਜ਼ਰ ਰੱਖਦੀਆਂ ਨੇ। ਕਿਉਂ? ਅਮੈਰੀਕਾ ਦੀ ਏਜੰਸੀ ਨੇ ਕਾਂਗਰਸ ਸਦਨ ਦੇ ਵਿੱਚ ਰਿਪੋਰਟ ਪੇਸ਼ ਕੀਤੀ, ਖੁਫੀਆ ਏਜੰਸੀ ਪ੍ਰਮੁੱਖ ਨੇ, ਪਿਛਲੇ ਹਫ਼ਤੇ ਆਪਾਂ ਟਾਕ ਸ਼ੋਅ ਵੀ ਕੀਤਾ ਸੀ ਕਿ ਭਾਰਤ ਦੇ ਵਿੱਚ ਇਹਨਾਂ ਚੋਣਾਂ ਤੋਂ ਪਹਿਲਾਂ ਮਜ਼ਹਬੀ ਦੰਗੇ ਹੋ ਸਕਦੇ ਨੇ, ਕਿਉਂਕਿ ਵੋਟ ਫਲੋਟ ਧਰਮ ਦੇ ਨਾਂ 'ਤੇ ਹੋ ਰਹੀ ਹੈ। ਸਾਡਾ ਮਾਈਂਡਸੈਟ ਵੇਖੋ, ਅੱਜ ਹਰ ਬੰਦੇ ਦਾ ਤੁਸੀਂ ਜਾ ਕੇ ਪੁੱਛ ਲਓ ਉਹਦੇ ਮਨ ਦੀ ਆਵਾਜ਼ ਕੀ ਹੈ, ਉਹਦੇ ਮਨ ਕੀ ਬਾਤ ਕੀ ਹੈ ਕਿ ਵੋਟ ਕਿਹਨੂੰ ਪਾਉਣੀ ਹੈ। ਉਹਨੇ ਫੈਸਲਾ ਕਰ ਲਿਆ ਕਿ ਨਹੀਂ, ਪਾਕਿਸਤਾਨ ਇਹ ਕੁਛ ਕਰ ਰਿਹਾ, ਆਪਾਂ ਤਾਂ ਜਿਹੜੀ ਗੌਰਮੈਂਟ ਪਾਕਿਸਤਾਨ ਤੋਂ ਬਦਲਾ ਲਵੇਗੀ ਉਹਦੇ ਨਾਲ ਗੱਲਬਾਤ ਨਹੀਂ ਕਰੇਗੀ, ਆਪਾਂ ਤਾਂ ਉਹਨੂੰ ਜਿਤਾਉਣਾ। ਜਾਂ ਉਹ ਕਹਿਣਗੇ ਜਿਹੜੀ ਗੌਰਮੈਂਟ ਪਾਕਿਸਤਾਨ ਨਾਲ ਇਹ ਮਸਲਾ ਨਿਬੇੜੇਗੀ, ਨਾ ਤਾਂ ਮਨਮੋਹਨ ਸਿੰਘ ਨਿਬੇੜ ਸਕੇ ਨੇ, ਨਾ ਮੋਦੀ ਨੇ ਨਿਬੇੜ ਸਕਣਾ, ਨਾ ਮਮਤਾ ਨੇ ਨਿਬੇੜ ਸਕਣਾ, ਨਾ ਮਾਇਆ ਨੇ ਨਿਬੇੜ ਸਕਣਾ। ਇਹ ਅੰਤਰਰਾਸ਼ਟਰੀ ਪੋਲੀਟਿਕਸ ਦਾ ਹਿੱਸਾ ਹੈ। ਜਦੋਂ ਅਸੀਂ ਦੋਨੇ ਮੁਲਕ ਇਕੱਠੇ ਹੋਣ ਲੱਗਦੇ ਹਾਂ, ਫਿਰ ਉਹ ਲੋਕ ਜਿਹੜੇ ਪਾਕਿਸਤਾਨ ਨੂੰ ਵੀ ਹਥਿਆਰ ਵੇਚਦੇ ਨੇ, ਮਿਰਾਜ ਵੇਚਦੇ ਨੇ, ਅਤੇ ਸਾਨੂੰ ਵੀ ਹਥਿਆਰ ਵੇਚਦੇ ਨੇ, ਅਤੇ ਫਿਰ ਉਹ ਲੋਕ ਕਿੱਥੇ ਟਿਕਣ ਦਿੰਦੇ ਨੇ? ਉਹ ਉਂਗਲ ਲਾਉਂਦੇ ਨੇ ਅਤੇ ਸੌਦਾ ਆਪਣਾ ਵੇਚਦੇ ਨੇ। ਅਤੇ ਅਸੀਂ ਜਿਨ੍ਹਾਂ ਨੂੰ ਬੁਰਕੀਆਂ ਦੀ ਲੋੜ ਆ, ਬਰੈਡਾਂ ਦੀ ਲੋੜ ਆ, ਅਸੀਂ ਬਰੂਦ ਖਰੀਦ ਰਹੇ ਹਾਂ। ਉਹ ਗੁਰਭਜਨ ਗਿੱਲ ਦੀਆਂ ਲਾਈਨਾਂ ਨੇ ਕਿ ਜਿੰਨਾ ਚਿਰ ਤੁਹਾਡੇ ਅਤੇ ਸਾਡੇ ਵਿਹੜਿਆਂ 'ਚ ਭੁੱਖ ਨੰਗ ਹੈ, ਦਿਲ 'ਤੇ ਹੱਥ ਰੱਖ ਕੇ ਦੱਸਿਓ ਤੁਹਾਡੀ ਅਤੇ ਸਾਡੀ ਕਾਹਦੀ ਜੰਗ ਹੈ। 5000 ਭਗਵਾਨ ਰੂਪੀ ਬੱਚਾ ਰੋਜ਼ ਭਾਰਤ ਦੇ ਵਿੱਚ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰੇਗਾ, ਭੁੱਖ ਨੰਗ ਦੇ ਨਾਲ, ਖੂਨ ਦੀ ਕਮੀ ਦੇ ਨਾਲ, ਕੁਪੋਸ਼ਣ ਦੇ ਨਾਲ ਮਰ ਰਿਹਾ ਹੈ। ਅਤੇ ਕਿਹੜਾ ਭਗਵਾਨ ਅਸੀਂ ਪੈਦਾ ਕਰ ਰਹੇ ਹਾਂ? ਲੋੜ ਸਾਨੂੰ ਬਰੈਡਾਂ ਦੀ ਖਰੀਦ, ਅਸੀਂ ਬਰੂਦ ਰਹੇ ਹਾਂ। ਸਾਡੇ ਰੱਖਿਆ ਬਜਟ ਭਾਰਤ ਅਤੇ ਪਾਕਿਸਤਾਨ ਦੇ ਧੜਾ ਧੜ ਵੱਧ ਰਹੇ ਨੇ।
ਇਹ ਕੋਈ ਹੱਲ ਨਹੀਂ, ਹੱਲ ਡਾਇਲੋਗ ਹੈ। ਆ G20 ਸੰਮੇਲਨ ਸੀ, ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨਾਲ ਗੱਲਬਾਤ ਤੋਂ ਇਨਕਾਰ ਕਰ ਦਿੱਤਾ। ਆਖੇ ਜੀ ਪਾਕਿਸਤਾਨ ਨਾਲ ਕਰਤਾਰਪੁਰ ਕੋਰੀਡੋਰ 'ਤੇ ਅਸੀਂ ਗੱਲ ਕਰਨ ਨੂੰ ਤਿਆਰ ਨਹੀਂ। ਇਮਰਾਨ ਖਾਨ ਦੀ ਸਰਕਾਰ ਇਮੋਸ਼ਨਲ ਪੱਤਾ ਖੇਡਦੀ ਹੈ, ਲਗਾਤਾਰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਇਸ ਪਾਸੇ ਪੱਤੇ ਦਰ ਪੱਤੇ ਸਿੱਟੀ ਜਾ ਰਹੀ ਹੈ ਕਿ ਕੋਰੀਡੋਰ ਬਣੇ, ਅਤੇ ਸਾਡੇ ਵਾਲੇ ਨਕਾਰੀ ਜਾ ਰਹੇ ਨੇ। ਜੇ ਸਿੱਧੂ ਨੇ ਸ਼ੁਰੂਆਤ ਕਰ ਲਈ ਤਾਂ ਉਹ ਐਂਟੀ ਨੇਸ਼ਨ ਹੋ ਗਿਆ। ਆਖੇ ਪਾਕਿਸਤਾਨ ਨਾਲ ਸਵਾਲ, ਜਦੋਂ ਮੋਦੀ ਸਾਹਿਬ ਆਪਣਾ ਜਹਾਜ਼ ਲੈ ਕੇ ਉੱਥੇ ਚਾਹ ਪੀਣ ਉਤਰਦੇ ਨੇ, ਕੀ ਉਹ ਐਂਟੀ ਨੇਸ਼ਨ ਸੀਗੇ? ਨਹੀਂ। ਸੋ ਇਸ ਕਰਕੇ ਇਹ ਚੀਜ਼ਾਂ ਰੁਕਣ ਵਾਲੀਆਂ ਨੇ, ਡਾਇਲੋਗ ਦੇ ਨਾਲ ਹੀ ਇਹ ਡੈਡਲਾਗ ਟੁੱਟ ਸਕਦਾ। ਤੁਸੀਂ ਆਉਂਦੇ ਰਹੋ ਜੀ। ਜੀ ਸਿੱਖੋ ਸਾਹਿਬ ਸਵਾਗਤ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਬੜਾ ਦੁੱਖ ਹੋਇਆ ਜੀ, ਜਿਹੜੇ ਸਾਡੇ ਟੂਰਨਾਮੈਂਟ ਜਿਹੜੇ ਸਾਡੇ ਦੇਸ਼ ਦੀ ਰਾਖੀ ਕਰਦੇ ਆ, ਸਾਡੇ ਰਾਖੀ ਜਾਨਾਂ ਵਾਲੇ ਤੇ ਉਹਨਾਂ ਦੀਆਂ ਜਾਨਾਂ ਗਈਆਂ, ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪੁਰਾਣਾ ਕਰਦੇ ਹੋਏ ਇਹ ਗੱਲ ਕਰਦੇ ਆ ਵੀ ਜਿਹੜੇ ਸਾਰੇ ਕੰਮ ਬੱਚੀ ਨੂੰ ਜਿਹੜੇ ਕੰਮ ਕਰ ਰਹੇ ਆ ਵੀ ਜਿਹੜੇ ਜਿਹੜਾ ਮੋਦੀ ਸਾਹਿਬ ਹੋਰ ਪ੍ਰਧਾਨ ਮੰਤਰੀ ਸਾਡੇ ਇਹ ਮਤਲਬ ਦੇਖੇ ਲੈ ਕੇ ਸਾਡੀਆਂ ਗੱਲਾਂ ਤੁਸੀਂ ਕੀਤੀਆਂ ਹੋ ਸਕਦੀਆਂ। ਦੇਖੋ ਕਿੰਨਾ ਚਿਰ ਹੋ ਗਿਆ ਰੇਲਵੇ ਨੂੰ, ਕਿਹੜਾ ਕੰਮ ਨੀ ਹੁੰਦਾ ਜਿਹੜਾ ਮੇਨ ਚ ਲੈ ਕੇ ਹੁੰਦਾ, ਪਰ ਹੁੰਦਾ ਤਾਂ ਨੀ ਜੀ, ਮਰਦਾ ਇਹਨਾਂ ਦਾ ਕੋਈ ਨੀਗਾ, ਮਰਦੇ ਲੋਕ ਆ, ਮਰਦੇ ਸਾਡੇ ਫੌਜੀ ਇਹਨਾਂ ਨੂੰ, ਇਹਨਾਂ ਦੇ ਦੇਖਣ ਦੇ ਸਾਰੇ ਕਰਕੇ ਰੋਟੀਆਂ ਦੇਖਣਗੇ, ਉਹਨੇ ਕਰਤਾ ਉਹਨੇ ਕਰਤਾ ਉਹਨੇ ਕਰਤਾ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਦੇਸ਼ ਦੇ ਲੀਡਰਾਂ ਨੂੰ ਵੀ ਇਹ ਮੇਨ ਚ ਲੈ ਕੇ ਕਹਿੰਦੇ ਇਮਰਾਨ ਖਾਨ ਇਸਲਾਮ ਤੋਂ ਅੰਦਰ ਭਰਾ ਬਾਹਰੋਂ ਬੰਦ ਕਰਨ ਨੂੰ ਤਿਆਰ ਆ। ਧੰਨਵਾਦ। ਮਿਹਰਬਾਨੀ ਜੀ। ਦੇਖੋ ਇਮਰਾਨ ਖਾਨ ਵੀ ਜਿਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਨੂੰ ਫੰਡ ਰੁਕ ਗਏ ਨੇ, ਉਹਨਾਂ ਨੂੰ ਦਹਿਸ਼ਤਗਰਦੀ ਵੱਲ ਪੱਖੀ ਐਲਾਨਿਆ ਜਾ ਰਿਹਾ, ਉਹਨਾਂ ਦੀ ਫੰਡਿੰਗ ਰੁਕ ਗਈ ਹੈ, ਪੈਸਾ ਹੈ ਕੋਈ ਨਹੀਂ, ਨਵਾਜ਼ ਸ਼ਰੀਫ ਦੀਆਂ ਮੱਝਾਂ ਵੇਚ ਕੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਨੇ। ਉਸ ਦੌਰਾਨ ਉਹਨਾਂ ਨੇ ਆਪਣੀ ਛਵੀ ਸੁਧਾਰਨ ਦੇ ਲਈ ਕਰਤਾਰਪੁਰ ਕੋਰੀਡੋਰ ਜਾਂ ਹਿੰਦੂ ਧਰਮ ਨਾਲ ਸੰਬੰਧਿਤ ਕੁਛ ਸਥਾਨਾਂ ਦੇ ਬਾਰੇ ਕੰਮ ਕੀਤਾ ਕਿ ਪਾਕਿਸਤਾਨ ਦੀ ਛਵੀ ਹੈ ਜਿਹੜੀ ਦਹਿਸ਼ਤਗਰਦੀ ਮੁਲਕ ਤੋਂ ਸੁਧਰੇ। ਅਮੈਰੀਕਾ ਨੇ ਵੀ ਇਸ ਦੇ ਕੋਰੀਡੋਰ ਦੇ ਮਾਮਲੇ ਦਾ ਸਲਾਹਤਾ ਕੀਤੀ ਹੈ ਪਾਕਿਸਤਾਨ ਦੀ, ਪਰ ਭਾਰਤ ਇਸ ਦੇ ਵਿੱਚ ਜੇ ਉਸ ਨੂੰ ਮਚੋਰ ਕਰੇਗਾ ਤਾਂ ਗੁੱਡਵਿਲ ਪਾਕਿਸਤਾਨ ਦੀ ਜ਼ਿਆਦਾ ਬਣਦੀ ਹੈ, ਕਿਉਂਕਿ ਇਮਰਾਨ ਖਾਨ ਨੇ ਉੱਧਰ ਉਦਘਾਟਨ ਰੱਖਿਆ ਅਤੇ ਇੱਧਰ ਨਾਲ ਸਾਡੇ ਵਾਲਿਆਂ ਨੇ ਉਸ ਤੋਂ ਪਹਿਲਾਂ 2 ਦਿਨ ਪਹਿਲਾਂ ਹੀ ਆਪਣਾ ਉਦਘਾਟਨ ਰੱਖ ਦਿੱਤਾ ਮਜਬੂਰੀ ਨੂੰ। ਸੋ ਇਹ ਕ੍ਰੈਡਿਟ ਵਾਰ ਹੈ, ਉਹ ਵੀ ਕ੍ਰੈਡਿਟ ਲੈ ਰਿਹਾ ਸਿੱਖਾਂ ਨੂੰ ਨਾਲ ਜੋੜ ਕੇ, ਅਤੇ ਇਹ ਵੀ ਕ੍ਰੈਡਿਟ ਲੈ ਰਹੇ ਨੇ ਉਸ ਮਾਮਲੇ ਦੇ ਵਿੱਚ, ਪਰ ਨੀਤਾਂ 'ਚ ਦੋਨਾਂ ਦੀ ਖੋਟ ਹੈ। ਤੁਸੀਂ ਆਉਂਦੇ ਰਹੋ ਜੀ। ਹੈਲੋ। ਅਤੇ ਇੱਕ ਵਕਫਾ ਲਵਾਂਗੇ ਦੋਸਤੋ। ਗੁਜ਼ਾਰਿਸ਼ ਇਹ ਹੈ ਕਿ ਜਿੰਨੀ ਦੇਰ ਅਸੀਂ ਆਪਣੀ ਵੋਟ ਬਣਾਉ ਪਾਉਣ ਵਾਸਤੇ ਮਨ ਹੈ ਜਿਹੜਾ ਇਹਨਾਂ ਧਮਾਕਿਆਂ ਤੋਂ ਜਾਂ ਇਹਨਾਂ ਘਟਨਾਵਾਂ ਤੋਂ ਬਣਾਵਾਂਗੇ ਕਿ ਕੌਣ ਸਹੀ ਹੈ ਕੌਣ ਗਲਤ ਹੈ, ਮਜ਼ਹਬੀ ਘਟਨਾਵਾਂ ਤੋਂ ਬਣਾਵਾਂਗੇ, ਉਨੀ ਦੇਰ ਇਹ ਧਮਾਕੇ ਵਧਣਗੇ। ਜੇ ਸਾਡਾ ਵੋਟ ਪ੍ਰਤੀਸ਼ਤ ਇਸ ਤੋਂ ਪ੍ਰਭਾਵਿਤ ਨਹੀਂ ਹੁੰਦਾ, ਸਾਡੀ ਵੋਟ ਪਾਉਣ ਦੀ ਫਿਤਰਤ ਇਸ ਤਰ੍ਹਾਂ ਦੇ ਫੂਡ ਤੋਂ ਪ੍ਰਭਾਵਿਤ ਨਹੀਂ ਹੁੰਦੀ, ਤਾਂ ਇਹ ਧਮਾਕੇ ਉਦੋਂ ਬੰਦ ਹੋਣਗੇ। ਅਦਰਵਾਈਜ਼ ਇਹ ਵਰਤਾਰੇ ਭਾਵੇਂ ਬੇਅਦਬੀਆਂ ਦਾ ਹੋਵੇ, ਭਾਵੇਂ ਇਸ ਤਰ੍ਹਾਂ ਦੀਆਂ ਬਰੂਦੀ ਸੁਰੰਗਾਂ ਘਟਨਾਵਾਂ ਦਾ ਹੋਵੇ, ਇਹ ਵਧੇਗਾ। ਜਿੰਨੀ ਦੇਰ ਅਸੀਂ ਬੇਅਦਬੀ ਜਾਂ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਇਮੋਸ਼ਨਲ ਹੋ ਕੇ ਸਿਆਸਤਦਾਨਾਂ ਦੀ ਕਾਰਗੁਜ਼ਾਰੀ ਦਾ ਨਿਰਣਾ ਕਰਦੇ ਰਹਾਂਗੇ, ਉਨੀ ਦੇਰ ਇਹ ਵਰਤਾਰੇ ਲਗਾਤਾਰ ਵਧਣਗੇ, ਨਹੀਂ ਤਾਂ ਇਹ ਹਟਣ ਵਾਲੇ ਨਹੀਂ ਨੇ। ਇਸ ਵਕਫੇ ਤੋਂ ਬਾਅਦ ਆਪਦਾ ਸਵਾਗਤ ਰਹੇਗਾ। ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਮੰਦ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ। ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ ਚੈਨਲ, ਪੰਜਾਬੀ TV ਕੈਨੇਡਾ ਅਤੇ ਇੰਡੀਆ ਦੇ ਵਿੱਚ ਇਸ ਵਕਤ ਏਅਰਟੈੱਲ ਦੀ ਡਿਸ਼ 'ਤੇ ਚੈਨਲ ਨੰਬਰ 565 ਅਤੇ ਫਰੰਟੀਅਰ ਟੈਲੀਵਿਜ਼ਨ D5 ਨੈੱਟਵਰਕ ਦੇ ਜ਼ਰੀਏ ਆਪ ਜੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਅਮਰੀਕਾ ਦਾ ਨੰਬਰ ਹੈ 201-301-2785 ਅਤੇ ਭਾਰਤ ਦੇ ਵਿੱਚ ਅਗਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ ਇੰਡੀਆ ਦਾ ਪਟਿਆਲਾ ਸਟੂਡੀਓ ਦਾ ਸਾਡਾ ਨੰਬਰ ਹੈ 0-175-5156। ਇਸ ਪ੍ਰੋਗਰਾਮ ਨੂੰ ਤੁਸੀਂ ਸਾਡੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਯੂਟਿਊਬ 'ਤੇ ਬਣੇ ਚੈਨਲ ਪੰਜਾਬੀ ਲਿੰਕ 'ਤੇ ਵੀ ਵੇਖ ਸਕਦੇ ਹੋ। ਅਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਦੋਸਤੋ ਕਿ ਇਹ ਜਿਹੜਾ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਇਹ ਜਿਹੜੀ ਅਖੌਤੀ ਪਰਲੋ ਆਈ ਹੈ, 44 ਸਿਪਾਹੀ ਜਾਨ ਵਾਰ ਗਏ ਨੇ, ਜਿਸ ਦੇ ਵਿੱਚ ਮੋਗਾ ਨਾਲ ਵੀ ਸੰਬੰਧਿਤ ਇੱਕ ਜਵਾਨ ਹੈ, 2 ਜਵਾਨ ਪੰਜਾਬ ਦੇ ਨੇ ਇਸ ਦੇ ਵਿੱਚ ਜਿਹੜੇ ਆਪਣੀ ਜਾਨ ਵਾਰ ਗਏ ਨੇ। ਅਤੇ ਹੁਣ ਉਹਨਾਂ ਜਵਾਨਾਂ ਦੀਆਂ ਜਿਹੜੀਆਂ ਦੇਹਾਂ ਨੇ ਉਹਨਾਂ ਦੇ ਹਾਲਾਤ ਬਹੁਤ ਬਦਤਰ ਨੇ, ਉਹਨਾਂ ਦੇ ਅੰਗ ਹੈ ਜਿਹੜੇ ਜੋੜ ਕੇ ਸੰਸਕਾਰ ਦੇ ਵਾਸਤੇ ਲਿਆਂਦੇ ਜਾਣਗੇ। ਅਤੇ ਅਖੌਤੀ ਮੀਡੀਆ ਕਿਸ ਤਰ੍ਹਾਂ ਇਸ 'ਤੇ ਸਿਆਸਤ ਚਲਾਵੇਗਾ ਕਿ ਕੀ ਕਿਹੜੇ ਸਿਆਸਤਦਾਨ ਨੂੰ ਰਾਸ ਆਉਂਦਾ ਹੈ, ਪਰ ਸਾਡਾ ਜਿਹੜਾ ਮਨਸ਼ ਹੈ, ਉਨ੍ਹਾਂ ਜੋ ਫਰਜ਼ ਹੈ, ਉਹ ਅਹਿਲੇ ਸਿਆਸਤ ਜਾਣੇ, ਮੇਰਾ ਪੈਗਾਮ ਹੈ ਮੁਹੱਬਤ ਜਹਾਂ ਤੱਕ ਪਹੁੰਚੇ।
ਇਹ ਘਟਨਾਵਾਂ ਹਰਗਿਜ਼ ਨਹੀਂ ਰੁਕਣਗੀਆਂ ਜਿੰਨੀ ਦੇਰ ਅਸੀਂ ਇਹਨਾਂ ਘਟਨਾਵਾਂ ਦਾ ਸਿਆਸੀ ਮਾਇਲਜ ਲੈਂਦੇ ਰਵਾਂਗੇ। ਅੱਜ ਸਾਨੂੰ ਲੋੜ ਹੈ ਕਿ ਇਸ ਵਰਤਾਰੇ ਨੂੰ ਅਸੀਂ ਕਿੱਦਾਂ ਰੋਕਣਾ। ਜੈਸ਼ ਵਰਗੀਆਂ ਜਿਹੜੀਆਂ ਦਹਿਸ਼ਤਗਰਦ ਜਥੇਬੰਦੀਆਂ ਨੇ ਉਹਨਾਂ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਪਾਕਿਸਤਾਨ, ਭਾਰਤ ਇਸ ਤਰ੍ਹਾਂ ਦੇ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਇਹ ਹੈ ਕਿ ਜੈਸ਼ ਦੇ ਆਗੂ ਦੀ ਦੁਕਾਨਦਾਰੀ ਕਿੱਦਾਂ ਚੱਲੇ, ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਫੰਡਿੰਗ ਮਿਲਦੀ ਹੈ, ਪਾਕਿਸਤਾਨ ਲਈ ਵੀ ਉਹ ਸਮੱਸਿਆ ਕ੍ਰੀਏਟ ਕਰਦੇ ਨੇ, ਪਾਕਿਸਤਾਨ ਦੀਆਂ ਸਿਆਸੀ ਧਿਰਾਂ ਕਿ ਕਿਹਦੀ ਸਰਕਾਰ ਬਣਾਉਣੀ ਹੈ ਅਤੇ ਕਿਹਦੀ ਤੋੜਨੀ ਹੈ, ਉਸ ਦੇ ਵਾਸਤੇ ਵੀ ਇਹ ਦਹਿਸ਼ਤਗਰਦ ਜਥੇਬੰਦੀਆਂ ਕੰਮ ਕਰਦੀਆਂ ਨੇ। ਤੁਸੀਂ ਆਉਣਾ ਰਹੋ ਜੀ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਹੈਲੋ। ਹੈਲੋ ਜੀ, ਸਵਾਗਤ ਭਾਈ ਜੀ। ਹਾਂਜੀ ਸਰ, ਮੈਂ ਕੁਲਦੀਪ ਸਿੰਘ ਬੋਲ ਰਿਹਾ, ਪਿੰਡ ਦੇੜ ਗੁਆਰ, ਹਲਕਾ ਡੇਰਾ ਬਾਬਾ ਨਾਨਕ। ਜੀ ਸਰ, ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਸਰ, ਇਹ ਜੋ ਮੈਂ ਵੀ ਸੀਆਰਪੀਐਫ ਚੋਂ ਰਿਟਾਇਰ ਹੈ, ਜਿਹੜਾ ਜੈਮਲ ਸਿੰਘ ਇਹ ਮੇਰੇ ਨਾਲ ਦਾ ਭਰਤੀ ਸੀਗਾ। ਓ ਮਾਈ ਗੋਡ। ਤੇ ਅਸੀਂ 1993 ਦੇ ਵਿੱਚ ਅਪ੍ਰੈਲ ਮਹੀਨੇ ਦੇ ਭਰਤੀ ਹਾਂ, ਅਸੀਂ ਇਕੱਠਿਆਂ ਟ੍ਰੇਨਿੰਗ ਕੀਤੀ। ਬੜੇ ਠੰਡੇ ਦਿਮਾਗ ਦਾ ਬੰਦਾ ਸੀ। ਇਹਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਵੀ ਇੱਕ ਵਾਰੀ ਅਸੀਂ ਇਹਨੂੰ ਕਿਹਾ ਅਸੀਂ ਕੰਮ ਚੱਲੇ ਹਾਂ ਖਾਣਾ ਰੱਖ ਦੀ, ਤੇ ਇਹਨੇ ਨਾ 6 ਜਾਣਿਆਂ ਦਾ ਖਾਣਾ ਰੱਖ ਕੇ ਤੇ 6 ਜਾਣਿਆਂ ਦੀ ਖੀਰ ਖਾ ਗਿਆ। ਓ ਮਾਈ ਗੋਡ। ਤੇ ਬੜਾ ਮਜ਼ਾਕੀ ਟਾਈਪ ਦਾ ਬੰਦਾ ਸੀ, ਅਸੀਂ ਇਹਦਾ ਨਾਂ ਹੀ ਉਦੋਂ ਖੀਰ ਰੱਖ ਦਿੱਤਾ। 3 ਜੈਮਲ ਸੀਗੇ ਸਾਡੇ ਨਾਲ। ਤੇ ਮੈਨੂੰ ਇੱਥੇ ਮਿਲਿਆ ਤੇ 98 ਦਾ ਆਇਆ, ਉਸ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਹੁਣੇ ਹੁਣੇ ਇਹ ਜਲੰਧਰੋਂ ਗਿਆ ਪੋਸਟਿੰਗ ਉੱਤੇ। ਜੀ, ਬੱਚੇ ਵਿਚਾਰੇ ਦੇ ਸਾਡੇ ਤੋਂ ਲੇਟ ਹੀ ਹੋਏ ਸੀਗੇ, ਕੁਛ ਮਤਲਬ ਕਹਿ ਲਓ ਕਿ ਕੋਈ ਪ੍ਰੋਬਲਮ ਸੀਗੀ। ਤੇ ਬੜਾ ਦੁੱਖ ਹੋਇਆ, ਬੜੇ ਠੰਡੇ ਦਿਮਾਗ ਦਾ ਬੰਦਾ ਸੀਗਾ। ਕੱਲ ਮੈਨੂੰ ਪਤਾ ਲੱਗਾ ਕਿ ਹੋਰ ਬੰਦੇ ਮਨਾ ਕੀਤਾ ਸੀਗਾ, ਮੈਂ ਗੱਡੀ ਨੀ ਚਲਾਉਣੀ ਜਾਣਦਾ ਜਾਂ ਕਿੱਦਾਂ ਵੀ ਆ, ਤੇ ਇਹਨੇ ਕਿਹਾ ਕਿ ਠੀਕ ਹੈ ਮੈਂ ਜਾਣਾ, ਜਦਕਿ ਐਮਟੀ ਹੌਲਦਾਰ ਦੀ ਡਿਊਟੀ ਕਰ ਰਿਹਾ ਸੀ ਉੱਥੇ। ਜੀ, ਬੜਾ ਦੁੱਖ ਆਇਆ ਸੁਣ ਕੇ। ਵੈਸੇ ਸਾਰੇ ਜਵਾਨਾਂ ਲਈ ਸਾਨੂੰ ਦੁੱਖ ਆ, ਪਰ ਜਦੋਂ ਨਾਲ ਦਾ ਬੰਦਾ ਜਾਂਦਾ ਉਦੋਂ ਤੁਹਾਡਾ ਸਾਹਿਬ ਵੱਖਰੀ ਗੱਲ ਹੁੰਦੀ ਆ। ਭਾਅ ਜੀ, ਇਹ ਦੱਸੋ ਕਿ ਇਸ ਤਰ੍ਹਾਂ ਦੇ ਹਾਦਸੇ ਦੇ ਵਿੱਚ ਜਿਹੜੇ ਜਵਾਨ ਕੈਜੂਅਲਟੀ ਹੋ ਜਾਂਦੀ ਹੈ, ਇਸ ਜਹਾਨ ਤੋਂ ਰੁਖਸਤ ਹੋ ਜਾਂਦੇ ਨੇ, ਬੜਾ ਮੁਸ਼ਕਲ ਆ ਬਾਅਦ ਦੇ ਵਿੱਚ। ਪਰ ਇਹਦੇ ਵਿੱਚ ਸਿਆਸਤ ਤਾਂ ਹੈਗੀ ਹੈ, ਇਹਦੇ ਵਿੱਚ ਭੁਗਤ ਦੀ ਫੌਜ ਹੈ। ਹੁਣ ਜੇ ਇਸ ਤਰ੍ਹਾਂ ਦੇ ਹਮਲੇ ਵਧਣਗੇ ਤਾਂ ਨੁਕਸਾਨ ਤਾਂ ਫੌਜ ਦਾ ਹੋਣਾ, ਭਾਵੇਂ ਉੱਧਰਲੀ ਹੋਵੇ ਅਤੇ ਇੱਧਰਲੀ ਹੋਵੇ, ਨਜਾਇਜ਼ ਲੋਕਾਂ 'ਤੇ ਵੀ ਕਈ ਵਾਰੀ ਕੰਮ ਹੋਣਾ। ਅਤੇ ਇਹਨੂੰ ਜਿਹੜੀ ਐਕਸਗ੍ਰੇਸ਼ੀਆ ਰਾਸ਼ੀ ਹੈ, ਬਾਅਦ ਦੇ ਵਿੱਚ ਸਰਟੀਫਿਕੇਟ ਲੈਣ ਜਾਂ ਪਰਿਵਾਰਾਂ ਨੂੰ ਨੌਕਰੀਆਂ ਦੇਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ। ਕਿੰਨੀ ਕੁ ਸਹਾਇਤਾ ਸਰਕਾਰਾਂ ਇਹਦੇ ਵਿੱਚ ਦਿੰਦੀਆਂ ਨੇ ਜਦੋਂ ਇਸ ਤਰ੍ਹਾਂ ਦੀ ਡੈਥ ਹੁੰਦੀ ਹੈ ਸਰਕਾਰੀ ਤੌਰ 'ਤੇ? ਸਰਕਾਰ ਤਾਂ ਵੇਖੋ ਟਵਾਣਾ ਸਾਹਿਬ, ਮੇਰੇ ਖਿਆਲ 30-40 ਲੱਖ ਦੇ ਕਰੀਬ ਦਿੰਦੀ ਹੈ ਉੱਥੇ ਇਸ ਵੇਲੇ। ਪਰ ਬਾਅਦ ਦੇ ਵਿੱਚ ਪਰਿਵਾਰਾਂ ਦਾ ਤੁਸੀਂ ਇਹ ਵੇਖੋ ਵੀ ਅਜੇ ਇਹਦੇ ਬੱਚੇ ਵੀ ਛੋਟੇ ਨੇ, ਤੇ 30-40 ਲੱਖ ਨਾਲ ਅੱਜ ਕੱਲ੍ਹ ਕੀ ਬਣਦਾ ਘਰ? ਜੀ, ਘਰ ਵੀ ਨਹੀਂ ਬਣਦਾ, ਬੜਾ ਔਖਾ ਹੋ ਜਾਂਦਾ ਵਾ ਪਰਿਵਾਰਾਂ ਦਾ ਚੱਲਣਾ। ਵੈਸੇ ਤੇ ਗੌਰਮੈਂਟ ਦਾ ਰੂਲ ਹੈ ਜਿਹੜੇ ਜਵਾਨ ਸ਼ਹੀਦ ਹੈ, ਜਿੱਦਾਂ ਇਹ 57 ਸਾਲ ਤੱਕ ਇਹਨਾਂ ਦੇ ਘਰ ਤਨਖਾਹ ਆਊਗੀ, ਰਾਸ਼ਨ ਮਨੀ ਕੱਟ ਕੇ, ਤੇ ਅੱਜ ਕੱਲ੍ਹ ਇਹ ਰੂਲ ਨੇ। ਤੇ ਉਹਦੇ ਬੱਚਿਆਂ ਨੂੰ ਮੁੜ ਕੇ ਇੱਕ ਬੱਚੇ ਨੂੰ ਤੇ ਨੌਕਰੀ ਦਿੰਦੀ ਆ, ਪਰ ਜਿਹੜੀ ਨੌਕਰੀ ਵਾਲੀ ਗੱਲ ਆ ਉਹ ਟਵਾਣਾ ਸਾਹਿਬ ਅਸੀਂ ਵੇਖਿਆ ਵਾ ਪਹਿਲਾਂ ਵੀ ਏਦਾਂ ਹੀ ਆ, ਬਸ ਕੋਈ ਫਾਰਮੈਲਿਟੀ ਜੀ ਹੁੰਦੀ ਆ, ਜੇ ਕਿਤੇ ਸੱਜੇ ਖੱਬੇ ਕਿਸੇ ਦਾ ਦਾਅ ਲੱਗ ਜਾਂਦਾ ਤੇ ਲੱਗ ਜਾਂਦਾ ਵਾ, ਨਹੀਂ ਤੇ ਕੋਈ ਨੀ ਪੁੱਛਦਾ। ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਘਟਨਾ ਰੁਕਦੀਆਂ ਨੇ ਟਵਾਣਾ ਸਾਹਿਬ? ਜੇ ਉੱਥੇ ਜਿਹੜਾ ਸੰਤਰੀ ਆਰੋਪੀ ਦਾ ਖੜਾ ਸੀ ਉਹਨੂੰ ਇੰਨਾ ਅਧਿਕਾਰ ਹੁੰਦਾ ਵੀ ਉੱਧਰ ਵਾਲੀ ਕਾਰ ਆਉਂਦੀ ਨੂੰ ਰੋਕ ਸਕਦਾ, ਉਹ ਉਹਦੀ ਚੈਕਿੰਗ ਕਰਦਾ, ਇਹ ਘਟਨਾ ਨਹੀਂ ਹੁੰਦੀਆਂ। ਇਹ ਕਾਰਾਂ ਵਾਲਿਆਂ ਨੂੰ ਤੇ ਰੋਕਣ ਦਾ ਹੱਕ ਹੀ ਨਹੀਂ ਦਿੰਦੇ ਜਵਾਨ ਨੂੰ, ਜੇ ਰੁਕਦੇ ਤੇ ਕਿੱਦਾਂ ਉਹ ਕਾਰ ਆ ਜਾਂਦੀ ਵਿੱਚ? ਬਿਲਕੁਲ ਬਿਲਕੁਲ, ਕਿਤੇ ਨਾ ਕਿਤੇ ਚੀਜ਼ਾਂ ਪਲਾਂਟਡ ਨੇ, ਪਲਾਨ ਕੀਤੀਆਂ ਹੋਈਆਂ ਨੇ, ਇਹ ਗੱਲ ਮੰਨਣੀ ਪਵੇਗੀ। ਸੋ ਸਾਹ ਜੈਮਲ ਸਿੰਘ ਅਤੇ ਸੁਖਵਿੰਦਰ, ਜਿਸ ਤਰ੍ਹਾਂ ਇਹ ਜਾਨ ਗਈ ਹੈ, ਇਹ ਜਾਨਾਂ ਨਾ ਪੂਰੀਆਂ ਹੋਣ ਵਾਲਾ ਘੱਟ ਹੈ। ਇਹ ਜੈਮਲ ਸਿੰਘ ਨਾ ਪਹਿਲਾ ਅਤੇ ਨਾ ਆਖਰੀ ਹੈ, ਇਸ ਤਰ੍ਹਾਂ ਦੇ ਜੈਮਲ ਸਿੰਘ ਹੋਰਾਂ ਦੀਆਂ ਦੇਹਾਂ 'ਤੇ ਸਿਆਸਤ ਹੁੰਦੀ ਰਹੇਗੀ। ਬਹੁਤ ਬਹੁਤ ਧੰਨਵਾਦ ਬਾਈ ਜੀ, ਉਸ ਵਿਛੜੀ ਰੂਹ ਨੂੰ ਸਿਜਦਾ ਹੈ, ਅਤੇ ਕੁਦਰਤ ਇਸ ਪਰਿਵਾਰ 'ਤੇ ਕਿਰਪਾ ਬਣਾਈ ਰੱਖੇ, ਇਹ ਗੁਜ਼ਾਰਿਸ਼ ਹੈ। ਭਾਵੁਕ ਹੋ ਜਾਂਦਾ ਮਾਹੌਲ, ਕਿਸ ਤਰ੍ਹਾਂ ਇਹ ਜਵਾਨ ਜਦੋਂ ਆਪਣੀਆਂ ਸੱਜ ਵਹੀਆਂ ਨੂੰ ਛੱਡ ਕੇ ਆਪਣੀਆਂ ਭੈਣਾਂ ਦੀਆਂ ਡੋਲੀਆਂ ਵੀ ਨਹੀਂ ਵਿਦਾ ਕਰ ਪਾਉਂਦੇ ਅਤੇ ਡਿਊਟੀਆਂ 'ਤੇ ਚਲੇ ਜਾਂਦੇ ਨੇ, ਮੌਤ ਦੇ ਗਾਨੇ ਬੰਨ ਕੇ ਮੌਤ ਲਾੜੀ ਨੂੰ ਵਿਆਹੁਣ ਲਈ ਜਾਂਦੇ ਨੇ। ਬਰਫ਼ਾਂ ਦੇ ਜਿਹੜੇ ਸਮੁੰਦਰ ਨੇ, ਜਾਂ ਜਿਸ ਤਰ੍ਹਾਂ ਲੇਹ ਲਦਾਖ ਹੈ, ਸਿਆਚਨ ਗਲੇਸ਼ੀਅਰ ਹੈ, ਵਿਸ਼ਵ ਦੇ ਸਭ ਤੋਂ ਮਹਿੰਗੇ ਅਤੇ ਖਤਰਨਾਕ ਗਲੇਸ਼ੀਅਰਾਂ 'ਤੇ ਜੰਗ ਦੇ ਮੁਕਾਮ ਦੇ ਵਿੱਚ ਇਹ ਲੋਕ ਕਿਸ ਤਰ੍ਹਾਂ ਜਾਨ ਵਾਰਦੇ ਨੇ, ਅਤੇ ਇਹਨਾਂ ਦੀਆਂ ਲਾਸ਼ਾਂ 'ਤੇ ਕਿਵੇਂ ਸਿਆਸਤ ਹੁੰਦੀ ਹੈ, ਕਿਵੇਂ ਇਹਨਾਂ ਲਈ ਖਰੀਦੇ ਜਾਂਦੇ ਕਫਣਾਂ ਦੇ ਵਿੱਚੋਂ ਵੀ ਇਹ ਸਿਆਸੀ ਚੋਰ ਪੈਸਾ ਖਾ ਜਾਂਦੇ ਨੇ। ਤੁਸੀਂ ਆਉਣਾ ਰਹੋ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਸਾਹਿਬ, ਸਵਾਗਤ ਹੈ ਜੀ। ਗਾਂਧੀ ਜੀ ਨੂੰ ਸੀ ਤੇ ਦੂਸਰੇ ਪਾਸੇ ਜਿਹੜਾ ਸੀਗਾ
ਉਧਰਲੇ ਪਾਸੇ ਉਸ ਦੂਸਰੇ ਬੰਦੇ ਨੂੰ ਸੀਗੀਆਂ। ਔਰ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਉਦੋਂ ਕੋਈ ਇਹੋ ਸਿਸਟਮ ਅਸੂਲ ਬਣਾਇਆ ਨਹੀਂ ਕਿ ਇਹਦੇ ਪਿੱਛੋਂ ਕੋਈ ਹੋਰ ਵੀ ਪੰਗੇ ਖੜੇ ਹੋਣਗੇ ਤੇ ਉਹਨਾਂ ਪੰਗਿਆਂ ਦੇ ਨਾਲ ਆਪਾਂ ਕਿਸ ਤਰ੍ਹਾਂ ਡੀਲ ਕਰਾਂਗੇ, ਕਿਸ ਤਰ੍ਹਾਂ ਇਹਨੂੰ ਚਲਾਵਾਂਗੇ। ਇਹਨਾਂ ਨੂੰ ਸਿਰਫ ਇਹ ਸੀਗਾ ਕਿ ਜੀ ਅੱਡੋ ਅੱਡੀ ਅਸੀਂ ਮੁਲਕਾਂ ਵਿੱਚ ਆਪਦੇ ਫਲੈਗ ਖੜੇ ਕਰਕੇ ਤੇ ਅਸੀਂ ਕਹੀ ਅਸੀਂ ਦੇਖੋ ਜੀ ਅਸੀਂ ਆਜ਼ਾਦੀ ਲੈ ਦਿੱਤੀ ਜੀ, ਬੈਠਾ ਮੁਸਲਮਾਨਾਂ ਨੂੰ ਕਹੀ ਦੇਖੋ ਜੀ ਅਸੀਂ ਤੁਹਾਨੂੰ ਧਰਮ ਦੇ ਬੇਸ ਦੇ ਉੱਤੇ ਨਵਾਂ ਮੁਲਕ ਲੈ ਤਾ। ਔਰ ਤੁਸੀਂ ਇਹ ਦੇਖੋ ਕਿ ਦੋਵੇਂ ਮੁਲਕਾਂ ਦਾ ਜਿਹੜਾ ਹਾਲ ਆ ਇਸ ਤਰ੍ਹਾਂ ਦਾ, ਦੇਖੋ ਸਾਨੂੰ ਖਰੀਦਣਾ ਕੀ ਚਾਹੀਦਾ ਔਰ ਅਸੀਂ ਖਰੀਦ ਕੀ ਰਹੇ ਹਾਂ। ਜਿਹੜਾ ਪੈਸਾ ਸਾਨੂੰ ਟੈਕਨੋਲੋਜੀ ਤੇ ਸਾਇੰਸ ਦੇ ਹੋਰ ਪਾਸੇ ਖਰਚ ਕਰਨਾ ਚਾਹੀਦਾ, ਉਹਨਾਂ ਪੈਸਿਆਂ ਦਾ ਅਸੀਂ ਜਦੋਂ ਜਿਹਦੀ ਬਰੂਦ ਖਰੀਦ ਰਹੇ ਹਾਂ। ਆਸਨ ਜਿਹੜੀ ਦੁਨੀਆ ਇਕੱਲੀ ਇਹ ਜਦੋਂ ਦਾ ਇਹ ਕਾਮਕ ਸ਼ਕਤੀ ਦਾ ਪ੍ਰਵੇਸ਼ ਹੋ ਗਿਆ ਨਾ, ਉਦੋਂ ਦਾ ਬਸ ਇਹਨਾਂ ਕੋਲ ਸਿੱਧੀ ਗੱਲ ਹੀ ਹੈ ਜੀ, ਸਾਡੇ ਕੋਲ ਫਲਾਨਾ ਬੰਬ ਆ, ਸਾਡੇ ਕੋਲ ਫਲਾਨਾ ਬੰਬ ਆ, ਉਹਦੇ ਨਾਲ ਤੁਸੀਂ ਤਬਾਹੀ ਕਰਨੀ ਹੈ, ਹੋਰ ਤਾਂ ਕੁਛ ਨਹੀਂ ਕਰਨਾ। ਰੱਬ ਦੇ ਵਾਸਤੇ ਵੀ ਚੰਗੀ ਗੱਲ ਨਹੀਂ ਕਰੋ, ਕੋਈ ਬੱਚਿਆਂ ਵਾਸਤੇ ਸੋਚੋ ਕੁਛ, ਦੇਖੋ ਮੁਲਕ ਵਾਸਤੇ ਕੁਛ ਕਰੋ, ਪਰ ਇਹਨਾਂ ਦੇ ਉੱਤੇ ਤੁਸੀਂ ਕੁਛ ਨਹੀਂ ਜੀ। ਇਹ ਜਿਹੜੇ ਜਦੋਂ ਫਿਰ ਇਹਨਾਂ ਨੇ ਹੋਣਾ ਜਿਵੇਂ ਇਲੈਕਸ਼ਨ ਹੋਣ ਵਾਲਾ ਹੈ, ਹੁਣ ਤੁਸੀਂ ਇਹਨਾਂ ਦੀਆਂ ਸਪੀਚਾਂ ਸੁਣੋ, ਹਰੇਕ ਕਹੂਗਾ 56 ਇੰਚ ਦੀ ਛਾਤੀ ਹੁਣ ਤੱਕ ਰਹੀ ਹੈ, ਹੋ ਸਕਦਾ ਇਸਕੀ ਇਲੈਕਸ਼ਨ ਦੀ ਛਾਤੀ 62 ਇੰਚ ਦੀ ਹੋ ਜੇ। ਉਦੋਂ ਬਸ ਇਹ ਲੱਗਦਾ ਜੀ ਵੋਟਰ ਨੂੰ ਕਿ ਬਸ ਉਹਦੇ ਬਾਰਡਰ ਤੇ ਜਾ ਲਿਆ ਨਾ, ਜਦੋਂ ਐਮ ਪੀ ਬਣ ਗਿਆ ਜਾਂ ਇਹ ਪ੍ਰਧਾਨ ਮੰਤਰੀ ਬਣ ਗਿਆ, ਇਹ ਤਾਂ ਸਿੱਧਾ ਜਾਊਗਾ ਬਾਰਡਰ ਦੇ ਉੱਤੇ ਤੇ ਇਹ ਹਮਲੇ ਕਰਾਚੀ ਤੇ ਕਰੂਗਾ, ਉਦੋਂ ਬਸ ਇਹਨੇ ਖੜਾ ਨਹੀਂ। ਉਦੋਂ ਮੁੜ ਕੇ ਇਹਨਾਂ ਦੀ ਜ਼ਬਾਨ ਹੀ ਹਿਲਦੀ ਹੈ ਜੀ, ਇਦੋਂ ਵੱਧ ਇਹਨਾਂ ਦਾ ਕੁਛ ਨਹੀਂ ਮਿਲਦਾ। ਔਰ ਹਾਲਾਤ ਆ ਜਿਹੜੇ ਇਹ ਦਿਨੋਂ ਦਿਨ ਖਰਾਬ ਹੋ ਰਹੇ ਆ। ਦੇਖੋ ਜਿਹੜੇ ਸਰਹੱਦਾਂ ਤੇ ਮਰਦੇ ਆ, ਉਹ ਮਾਵਾਂ ਦੇ ਪੁੱਤ ਮਰਦੇ ਆ, ਬੱਚਿਆਂ ਦੇ ਪਿਓ ਮਰਦੇ ਆ, ਔਰ ਸੁਹਾਗ ਮਰਦੇ ਆ ਔਰਤਾਂ ਦੇ। ਇਸ ਕਰਕੇ ਇਹਨਾਂ ਦੀ ਚੀਜ਼ ਕਿਸੇ ਨੂੰ ਨੀ, ਇਹਨਾਂ ਦੀ ਨਿਗਾਹ ਹੁੰਦੀ ਹੈ ਕਿ ਕਿੱਥੇ ਕੀ ਕੀਤਾ ਜਾਵੇ। ਜਿਸ ਲੈਵਲ ਦੇ ਇਲੈਕਸ਼ਨ ਆ ਉਸੇ ਲੈਵਲ ਦੇ ਬਲਾਸਟ ਹੁੰਦੇ ਆ, ਉਸੇ ਲੈਵਲ ਦਾ ਜਿਹੜਾ ਤਰਲ ਖੜਾ ਕਰੀ ਜਾਂਦਾ, ਤੇ ਓਨੇ ਹੀ ਇਹ ਜ਼ਿਆਦੇ ਹੁਣ ਮੀਟਿੰਗਾਂ ਕਰਨਗੇ, ਓਨੇ ਹੀ ਜ਼ਿਆਦੇ ਇਹ ਮੀਟਿੰਗ ਚਾਹੁੰਗੇ, ਓਨੇ ਹੀ ਜ਼ਿਆਦੇ ਇਹ ਸੁਰਖੀਆਂ ਦੇਣਗੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਅਸੀਂ 5 ਮਿੰਟਾਂ ਤੇ 50 ਮਾਰਾਂਗੇ। थैंक यू। देखो ये बजमे सियासत है, जहाँ ईमान बिकता है, जहाँ 24 घंटे हिंदुस्तान बिकता है। सो हिंदुस्तान विकन लग गया, तो हुण जिहड़े डिवेलपमेंट के मुद्दे सी, नोटबंदी सी, GST सी, जिहड़े 15-15 लाख खातियां च लिआउण दा दावा वादा मोदी साहब ने किया सी, वो सारे साइड हो गए। हुण सिर्फ ये है कि पाकिस्तान तो बदला क्यों किवें लिया जाए, ਕਿਹੜੀ ਸਰਕਾਰ ਪਾਕਿਸਤਾਨ ਦੇ ਇਹਨਾਂ ਦਹਿਸ਼ਤਗਰਦਾਂ ਨੂੰ ਸਬਕ ਸਿਖਾ ਸਕਦੀ ਹੈ? ਮਸਲਾ ਸਾਰਾ ਉੱਥੇ ਖੜਾ ਹੋ ਜਾਣਾ। ਵੋਟ ਉਸ ਆਧਾਰ 'ਤੇ ਪੈਣੀ ਹੈ, ਵੋਟ ਮੋਦੀ ਸਾਹਿਬ ਦੀ 5 ਸਾਲ ਦੀ ਕਾਰਗੁਜ਼ਾਰੀ ਡਿਵੈਲਪਮੈਂਟ ਦੇ ਆਧਾਰ 'ਤੇ ਨਹੀਂ ਪੈਣੀ, ਨੋਟਬੰਦੀ ਦੇ ਨਫੇ ਨੁਕਸਾਨ 'ਤੇ ਨਹੀਂ ਪੈਣੀ, GST ਦੇ ਨਫੇ ਨੁਕਸਾਨ 'ਤੇ ਨਹੀਂ ਪੈਣੀ, ਡਿਵੈਲਪਮੈਂਟ ਦੇ ਨਾਂ 'ਤੇ ਨਹੀਂ ਪੈਣੀ। ਵੋਟ ਪੈਣੀ ਹੈ ਕਿ ਪਾਕਿਸਤਾਨ ਤੋਂ ਬਦਲਾ ਕੌਣ ਲੈ ਸਕਦਾ, ਪਾਕਿਸਤਾਨ ਨੂੰ ਸਬਕ ਕਾਂਗਰਸ ਸਿਖਾ ਸਕਦੀ ਹੈ ਜਾਂ ਪਾਕਿਸਤਾਨ ਨੂੰ ਸਬਕ ਮੋਦੀ ਸਿਖਾ ਸਕਦਾ? ਕੀ ਕਾਂਗਰਸ ਜਿਹੜੀ ਹੈ ਉਹ ਤਾਂ ਹੁਣ ਜੁੜ ਜਾਂਦਾ ਕਿ ਤਾਂ ਗਾਂਧੀ ਪਰਿਵਾਰ ਫਿਰੋਜ਼ ਗਾਂਧੀ ਹੈ, ਮੁਸਲਿਮ ਪਰਿਵਾਰ 'ਚ ਵਿਆਹੀ ਸੀ, ਇਹ ਸਾਡੇ ਦੇਸ਼ ਲਈ ਹਿੰਦੂ ਧਰਮ ਲਈ ਕੀ ਕਰ ਸਕਦੀ ਹੈ? ਹਿੰਦੂ ਧਰਮ ਲਈ ਤਾਂ ਮੋਦੀ ਕਰ ਸਕਦੇ ਨੇ, ਹਿੰਦੁਸਤਾਨ ਲਈ ਤਾਂ ਮੋਦੀ ਕਰ ਸਕਦੇ ਨੇ, ਇੱਥੇ ਵੋਟਾਂ ਭੁਗਤਣੀਆਂ ਨੇ, ਅਤੇ ਫਿਰ ਕਿਉਂ ਅਗਲਾ ਡਿਵੈਲਪਮੈਂਟ ਕਰਾਏਗਾ? ਇਸ ਤਰ੍ਹਾਂ ਭਾਵੇਂ 1 ਕਰੋੜ ਦੇ ਦਿਓ, 2-2 ਕਰੋੜ ਦੇ ਦਿਓ, ਜਵਾਨਾਂ ਨੂੰ ਅੱਖਾਂ ਪੂੰਝ ਦਿਓ, ਉਹਨਾਂ ਦੇ ਪਰਿਵਾਰਾਂ ਦੇ ਜੀ ਖੋ ਕੇ, ਬੜਾ ਸਿਖਾਲਾ ਕੰਮ ਹੈ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੀ ਸਰਕਾਰ ਬਣਾਉਣ ਦਾ। ਲੋੜ ਕੀ ਹੈ ਡਿਵੈਲਪਮੈਂਟ ਦੀ? ਇੱਕ ਅੱਧਾ ਮੌੜ ਬਲਾਸਟ ਕਰਾਓ ਅਤੇ ਸਰਕਾਰ ਬਣਾ ਲਓ। ਲੋੜ ਕੀ ਹੈ ਡਿਵੈਲਪਮੈਂਟ ਕਰਾਉਣ ਦੀ? 5 ਸਾਲ ਮੌਜਾਂ ਕਰੋ ਅਤੇ ਆਪਣੇ ਜਿਹੜੇ OSD ਨੇ ਉਹਨਾਂ ਨੂੰ ਮੌਜਾਂ ਕਰਾਓ, ਆਪਣੇ ਪਰਿਵਾਰ ਨੂੰ ਮੌਜਾਂ ਕਰਾਓ, ਲੁੱਟ ਲੁੱਟ ਮੁਲਕ ਦਾ ਪੈਸਾ ਵਿਦੇਸ਼ਾਂ 'ਚ ਜਮ੍ਹਾਂ ਕਰੋ, ਉੜਨ ਖਟੋਲਿਆਂ 'ਚ ਘੁੰਮੋ। ਲੋੜ ਕੀ ਹੈ ਡਿਵੈਲਪਮੈਂਟ ਦੀ? ਧਰਮ ਦੇ ਨਾਂ 'ਤੇ ਬੇਅਦਬੀਆਂ ਕਰਾਓ, ਬਲਾਸਟ ਕਰਾਓ, ਇਸ ਤਰ੍ਹਾਂ ਦੀਆਂ ਜਵਾਨਾਂ ਦੀ ਜਾਨ ਲਓ ਅਤੇ ਸਰਕਾਰ ਬਣਾਓ। ਵੋਟਰ ਪਾਗਲ ਨੇ, ਜਿਸ ਤਰ੍ਹਾਂ ਜਸਟਿਸ ਕਾਟਜੂ ਨੇ ਆਖਿਆ, ਸਾਡੇ ਦਿਮਾਗਾਂ 'ਚ ਮਜ਼ਹਬਾਂ ਦੀ ਤੂੜੀ ਭਰੀ ਹੈ। ਜੇ ਅਸੀਂ ਗੱਲ ਕਰਦੇ ਹਾਂ ਕਿ ਮਜ਼ਹਬ ਦੇ ਨਾਂ 'ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਫਿਰ ਅਖੌਤੀ ਲੋਕ, ਤੁਸੀਂ ਕਾਮਰੇਡ ਹੋ, ਤੁਸੀਂ ਸਿੱਖ ਹੋ, ਤੁਸੀਂ ਨਾਸਤਿਕ ਹੋ, ਇਹ ਫੰਡਾ ਤੁਹਾਡੇ ਕੋਲ, ਮਰੀ ਜਾਓ ਕੁੱਤੇ ਦੀ ਮੌਤ, ਮਾਫ਼ ਕਰਨਾ, ਤੁਸੀਂ ਓਨਰ ਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਿੱਖੋ ਸਾਹਿਬ, ਸੋਰੀ ਸ਼ੇਰਗਿੱਲ ਸਾਹਿਬ। ਬਿਲਕੁਲ, ਇੰਡੀਆ ਨੇ ਬਹਾਨਾ ਲੱਭਿਆ ਚੋਣਾਂ ਕੋਲੋਂ ਸਬਕ ਸਿਖਾਉਣ ਵਾਲੀ ਗੱਲ ਵਿੱਚ ਉਹ ਆਧਾਰ ਤੇ ਵੋਟਾਂ ਦੇਣ, ਪਾਕਿਸਤਾਨ ਵੋਟਾਂ ਦਾ ਬੈਠਾ ਬੈਠੀ ਲੋਕ ਜੀ ਉਹ ਵੀ ਗੱਲ ਕਰਨਾ ਚਾਹੁੰਦਾ ਹੈ।
जी पलविंदर ढिल्लों कहते प्लीज़ डोंट प्ले विद आर्मी दे डोंट सपोर्ट पोलिटिक्स बी अमेरिकन ऑलवेज सपोर्ट आर्मी लव आर्मी ठीक है पर साढ़े आर्मी के जिहड़े आला अफसर ने बी के सिंह रिटायर्ड प्रमुख ने जनरल जे जे सिंह किवें वो लोग सीधे सियासत कूद गए ने सो आर्मी का भी इन्हां संस्थावां दे मुखियां का भी यह जिहड़ा राजनीतिकरण हो गया पाकिस्तान दे विच ते बिल्कुल ही बेड़ा इस सिस्टम का बैठ चुका है आर्मी जिहड़ी कि बड़ी नोबल मन्नी जाती रहनी चाहिए सी पर नहीं रही आर्मी के प्रमुख किस तरह सियासत दे विच आ चुके ने जे आर्मी के प्रमुख इस तरह के सियासत दे विच आउणगे तां आर्मी का भी राजनीतिकरण होगा आर्मी भी सरकारां बनाउण ते तोड़न का काम करेगी हालांकि बड़ा सत्कार है रहना चाहिए पर ये इमोशनल पत्ते ने जिहड़े सरकारां खेडदियां ते खड़ाउंदियां ने तुसीं आउंदे रहो जी कई सुखविंदर सिंह सिहार कहिंदे ने जी कहिंदे पता नहीं क्यों मुद्दे खड़े रखदे ने सुखविंदर भाजी इन्हां मुद्दियां दे आधार ते इन्हां दी मजलसां सजदियां ने इन्हां मुद्दे तां ही खड़े रहिंदे ने जदों लोड़ पैंदी है कढ लिया जांदा मजहब दा मुद्दा जतेंद्र कुमार कहिंदे गुड जॉब जी रवीश कुमार नूं वी अप्रीशिएट करदे ने इकबाल सिंह न्यूजीलैंड तो जुड़े ने जिहड़े साथी इस दुनिया तो चले गए ना हुण कईआं नूं साथी लफ्ज़ तों कहना कि मैं कामरेड हाँ की करोगे लोगों का सो जिहड़े ये दोस्त साढ़े चले गए ने उन्हां नूं इस तरह की हालात में लिजाण वालिआं नूं दोजख भी नसीब नहीं होना चाहिए पर अफसोस कि वो इत्थे स्वर्ग माणदे ने ते उत्थे दा तो पता नहीं की माणदे ने तुसी आउंदे रहो जी हैलो स्वागत जी सो जस्सी तुगलवाला होंगकोंग तो कहिंदे बहुत निंदनयोग घटना तो किते ना किते ये जिहड़ियां सारियां चीज़ां ने तुसी उन्हां दे परिवारां दीआं सिसकियां आहां नूं सुणन दी कोशिश करो किवें उन्हां दे परिवारां दे विच सत्थर विसदा ते जिथे सियासत सुलगदी आ लाट बणदी है तुसी आउंदे रहो जी जी स्वागत जी जी बिल्कुल सारा कुछ यह सरकार करा रही है कश्मीर आजाद कर देना चाहिए फौज वापस ले लेनी चाहिए मेरा तो यह सवाल है देखो कोई भी खिता आजाद करने के नाल की डिवेलपमेंट हो जाएगी पाकिस्तान आजाद हो चुका है कि पाकिस्तान मौजा ही मौजा ने अल्लाह मियाँ के नाँ पर बनया होया ये मुल्क की सुखाला है पेशावर के पौने 200 स्कूली बच्चे किस तरह तूंबे उड़ा दिए गए से उन्होंने शरीर के अज जिन्हें भारत दे खैर यह है कि जिन्हें लोग अतवाद की भेट चढ़ते हैं 40 जवानों समेत इस दे नालों कई गुणा ज़्यादा लोग हल्के कुत्तियां दे कट्टे जाण ते मर जांदे ने कुत्तियां दी दहशतगर्दी इस दहशतगर्दी नालों किते ज़्यादा है पर इहनू जस्टिफाई नहीं मैं कर रहा पर पाकिस्तान दे विच साढ़े नालों कई गुणा ज़्यादा मौतां इस दहशतगर्दी की रोज़ धमाकियां दी भेट चढ़दियां ने जुमे की नमाज़ तो सुकी जांदी किते नहीं पाकिस्तान च कदे बलोचिस्तान अफगानिस्तान पाकिस्तान जुमे की नमाज़ के मौके धार्मिक मुकद्दस जगावां ते किस तरह बंब धमाके होंदे ने सो इस करके कश्मीर नूं आजाद करना भी कोई समस्या का हल नहीं पाकिस्तान ते आजाद है कि पाकिस्तान दे विच शांति है जिहड़े लोग इत्थों उजड़ के रिफ्यूजी गए सीगे शरणार्थी गए सी मुहाजर गए सी उहनां दे नाल की सलूक हो रहा उत्थे किते मजहब दे नाँ ते तू सी है तू सुन्नी है तू फलाना तू कादरी है की नहीं हो रहा सो ये हल नहीं सब तो वड्डा धर्म है सहनशीलता टॉलरेंस टॉलरेंस ही टैरोरिज्म नूं खत्म कर सकता जे असी दूसरे नूं बर्दाश्त करांगे जिस तरह तुसीं बहु कौमी मुल्कां च वसदे हो अमेरिका च वसण वाले मुसलमान नूं उत्थे अपना मुल्क लगता हिंदू नूं अपना लगता क्रिश्चियन नूं सिख नूं अपना लगता है सानूं वो पैटर्न अपनाउणा पैणा है जे असी कहांगे कि मजहब दे आधार ते खालिस्तान बने पाकिस्तान बने हिंदुस्तान बने ये चीज़ां नहीं सफल होणियां
ਇਹ ਗੱਲ ਮੰਨਣੀ ਪੈਣੀ ਹੈ ਤੁਹਾਨੂੰ। ਤੁਸੀਂ ਆਉਣਾ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਚੋਣਾ ਸਾਹਿਬ, ਮੈਂ ਚੌਂਟ ਤੋਂ ਬੋਲ ਰਿਹਾ, ਬਲਦੇਵ ਸਿੰਘ, ਖੇੜੀ ਚੌਂਟ ਤੋਂ। ਸਵਾਗਤ ਬਲਦੇਵ ਸਿੰਘ ਜੀ, ਚੌਂਟ ਖੇੜੀ ਸਾਬਕਾ ਫੌਜੀ ਬੋਲ ਰਿਹਾ ਜੀ। ਜੀ ਜੀ, ਬਹੁਤ ਮਾੜੀ ਘਟਨਾ ਹੋਈ ਹੈ ਇਹ। ਅਸੀਂ ਇਸ ਇਲਾਕੇ ਦੇ ਵਿੱਚ ਰਹਿ ਕੇ ਵੀ ਆਏ ਹਾਂ 1990 ਤੋਂ ਲੈ ਕੇ 92 ਤੱਕ। ਅੱਛਾ, ਪਹਿਲਾਂ ਬਲਦੇਵ ਸਿੰਘ ਜੀ, ਜਦੋਂ ਪਹਿਲਾਂ ਤੁਸੀਂ ਲੋਕ ਫੌਜ ਸੀ ਤਾਂ ਉਦੋਂ ਇਸ ਤਰ੍ਹਾਂ ਫੌਜ ਦਾ ਸਿਆਸੀਕਰਨ ਨਹੀਂ ਸੀਗਾ, ਹੈ ਨਾ? ਫੌਜ ਬੜੀ ਨਿਰਪੱਖ ਸੀ, ਅਤੇ ਇਹ ਜਿਹੜੇ ਧਮਾਕੇ ਨੇ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਾਰਾ ਕੁਛ ਹੋ ਰਿਹਾ ਭਾਵੇਂ ਪਾਕਿਸਤਾਨ 'ਚ ਭਾਵੇਂ ਸਾਡੇ, ਇਹਨਾਂ ਦੇ ਪਿੱਛੇ ਸਿਆਸੀ ਕਾਰਨ ਨੇ ਨਾ ਸਾਰੇ ਸਰਕਾਰਾਂ ਦੇ? ਬਿਲਕੁਲ ਸਿਆਸੀ ਕਾਰਨ, ਮਤਲਬ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਉਸ ਜਿਸ ਟਾਈਮ ਅਸੀਂ ਫੌਜ ਦੇ ਵਿੱਚ ਗਏ ਸੀ 1982-83 ਦੇ ਵਿੱਚ ਜੀ, ਮਤਲਬ ਗੁਜਰਾਤ ਦੇ ਬੰਦੇ ਬਹੁਤ ਘੱਟ ਭਰਤੀ ਹੁੰਦੇ ਸੀ ਫੌਜ ਦੇ ਵਿੱਚ, ਸਭ ਤੋਂ ਜ਼ਿਆਦਾ ਡਰਪੋਕ ਕੌਮ ਗੁਜਰਾਤੀ ਮੰਨੀ ਜਾਂਦੀ ਸੀ ਜੀ, ਔਰ ਆਹ ਸਾਡਾ ਪ੍ਰਧਾਨ ਮੰਤਰੀ ਗੁਜਰਾਤ ਦਾ। ਜਦ ਉਹਨੇ ਕਿਹਾ ਸੀ ਮਤਲਬ ਬਹੁਤ ਬੱਲੇ ਬੱਲੇ ਹੋਈ ਆ, ਉਹ ਬੱਲੇ ਬੱਲੇ ਹੋਈ ਨੀ ਜਿਹੜੀ ਹੋਣੀ ਚਾਹੀਦੀ ਸੀ। ਇੱਕ ਇੰਟਰਨੈਸ਼ਨਲ ਬਾਰਡਰ ਆ ਸਾਡਾ ਜਿਹੜਾ ਪੰਜਾਬ ਦੇ ਨਾਲ, ਮਤਲਬ ਪੰਜਾਬ ਤੋਂ ਅੱਗੇ ਰਾਜਸਥਾਨ ਗੁਜਰਾਤ ਦਾ ਜੀ, ਇਹ LOC ਆ, ਲੈਂਡ ਆਫ ਕੰਟਰੋਲ ਆ, ਤੇ ਅਸੀਂ ਕਾਰਵਾਈ ਕਰ ਸਕਦੇ ਹਾਂ ਔਰ ਇਹਨਾਂ ਨੂੰ ਕਰਨੀ ਵੀ ਚਾਹੀਦੀ, ਕਰਨੀ ਹੁਣ ਕਰ ਨੀ ਸਕਦੇ ਕਿਉਂ ਇਹਨਾਂ ਨੇ ਇੰਨੀ ਕੁ ਜਾਇਦਾਦ, ਤਾਂ ਇਹਨਾਂ ਨੂੰ ਇੰਨਾ ਕੁ ਮੋਹ ਪਿਆਰ ਇਕੱਠਾ ਹੋ ਗਿਆ ਵੀ ਸਾਡੀ ਉਹ ਜਾਇਦਾਦ ਖਰਾਬ ਹੋ ਜੂ, ਕਿੱਧਰ ਜਾਵਾਂਗੇ ਅਸੀਂ, ਇਹਨਾਂ ਨੂੰ ਇੰਨਾ ਡਰ ਲੱਗਦਾ ਜੀ, ਔਰ ਇਹ ਸਿਰਫ ਵੋਟਾਂ ਲੈਣ ਦਾ ਮਤਲਬ, ਇਹਨਾਂ ਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਜੀ। ਸਾਹਿਬ ਬਲਦੇਵ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਭਾਰਤੀ ਫੌਜ ਦੇ ਸਾਬਕਾ ਜਵਾਨ ਨੇ, ਇਹ ਉਹ ਜਵਾਨ ਨੇ ਜਿਨ੍ਹਾਂ ਦੀ ਬਿਨਾਹ 'ਤੇ ਅਸੀਂ ਸੁੱਖ ਦੀ ਨੀਂਦ ਸੌ ਰਹੇ ਹਾਂ। ਸ਼ਾਇਦ ਰੱਬ ਵੀ ਸਾਨੂੰ ਉਨਾ ਸਕੂਨ ਬੇਫਿਕਰੀ ਨਹੀਂ ਦਿੰਦਾ ਜਿੰਨੀ ਇਹ ਜਵਾਨ ਦਿੰਦੇ ਨੇ, ਪਰ ਅਫਸੋਸ ਕਿ ਇਹਨਾਂ ਜਵਾਨਾਂ ਨੂੰ ਕਿਸ ਤਰ੍ਹਾਂ ਜੋਖਮ ਦੇ ਵਿੱਚ ਰਹਿਣਾ ਪੈਂਦਾ, ਇਹ ਜਿਹੜੇ ਮਜ਼ਹਬੀ ਜਨੂੰਨੀ ਲੋਕ ਨੇ ਕਿਸ ਤਰ੍ਹਾਂ ਦੀਆਂ ਨਾਪਾਕ ਹਰਕਤਾਂ ਕਰਦੇ ਨੇ, ਅਤੇ ਹੁਣ ਕੀ ਹੋਏਗਾ? ਕਸ਼ਮੀਰ ਦੇ ਵਿੱਚ ਜਿਹੜੀ ਜਵਾਨੀ ਹੈ ਉਹਦਾ ਘਾਣ ਹੋਵੇਗਾ, ਗਿੱਲੀ ਸੁੱਕੀ ਸਭ ਸੜੇਗੀ। ਕਸ਼ਮੀਰੀ ਨੌਜਵਾਨਾਂ 'ਤੇ ਜਿਹੜੇ ਤਾਂ ਦੋਸ਼ੀ ਨੇ, ਉਹਨਾਂ 'ਤੇ ਤਾਂ ਤਸ਼ੱਦਦ ਹੋਣਾ ਹੀ ਹੈ। ਜਿਹੜੇ ਮਾਤੜ ਨੇ, ਜਿਵੇਂ ਪੰਜਾਬ 'ਚ ਹੋਇਆ ਸੀ ਕਾਲੇ ਦੌਰ ਦੇ ਦੌਰਾਨ, ਜਿਹੜੇ ਨਜਾਇਜ਼ ਚੁੱਕੇ ਗਏ ਉਹ ਫਿਰ ਦਹਿਸ਼ਤਗਰਦ ਬਣਦੇ ਨੇ, ਉਹ ਅੱਤਵਾਦੀ ਬਣਦੇ ਨੇ, ਉਹ ਖਾੜਕੂ ਬਣਦੇ ਨੇ। ਇਸੇ ਤਰ੍ਹਾਂ ਹੁਣ ਉੱਥੇ ਵੀ ਇਹ ਜ਼ੋਰ ਜ਼ਬਰਦਸਤੀਆਂ ਵਧਣਗੀਆਂ ਜਿਹੜੀ ਕਿ ਸਿਆਸਤਦਾਨ ਚਾਹੁੰਦੇ ਆ। ਇੱਥੇ ਇਹ ਅੱਗ ਵਧੇਗੀ, ਫੌਜ ਦਾ ਗੁੱਸਾ ਵਧਣਾ ਲਾਜ਼ਮੀ ਹੈ, ਅਤੇ ਇਸ ਦਾ ਫਾਇਦਾ ਸਿਆਸਤਦਾਨਾਂ ਨੂੰ ਹੋਣਾ। ਉਹ ਜੈਸ਼ ਵਾਲਿਆਂ ਦੀ ਵੀ ਦੁਕਾਨ ਵਧਣੀ ਹੈ, ਅਤੇ ਇੱਧਰ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਵੀ ਸੀਨੇ 56-65 ਕਿਸੇ ਦਾ ਸੁੰਗੜੇਗਾ, ਕਿਸੇ ਦਾ ਵਧੇਗਾ। ਸੋ ਗੁਜ਼ਾਰਿਸ਼ ਹੈ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਸਮਝੀਏ, ਇਹਨਾਂ ਧਮਾਕਿਆਂ ਦੇ ਆਧਾਰ 'ਤੇ, ਇਹਨਾਂ ਧਾਰਮਿਕ ਘਟਨਾਵਾਂ ਭਾਵੇਂ ਮੰਦਰਾਂ 'ਚ ਗੁਰਦੁਆਰਿਆਂ 'ਚ ਕੁਛ ਸੁੱਟਣ ਦੀ ਹੈ, ਭਾਵੇਂ ਬੇਅਦਬੀ ਦੀ ਹੈ, ਇਹਨਾਂ ਦੇ ਆਧਾਰ 'ਤੇ ਸਿਆਸੀ ਪਾਰਟੀਆਂ ਦਾ ਜੇ ਅਸੀਂ ਲੇਖਾ ਜੋਖਾ ਕਰਨਾ ਛੱਡਾਂਗੇ, ਉਹਨਾਂ ਦਾ ਲੇਖਾ ਜੋਖਾ ਜੇ ਅਸੀਂ ਉਹਨਾਂ ਦੀ ਕਾਰਗੁਜ਼ਾਰੀ, ਉਹਨਾਂ ਦੀ ਡਿਵੈਲਪਮੈਂਟ ਦੇ ਆਧਾਰ 'ਤੇ ਕਰਾਂਗੇ ਤਾਂ ਇਹ ਲੋਕ ਸੁਧਰਨਗੇ, ਨਹੀਂ ਤਾਂ ਇੱਕ ਘਟਨਾ ਕਰਾ ਕੇ, ਇੱਕ ਧਮਾਕਾ ਕਰਾ ਕੇ ਅਗਲੇ ਸਰਕਾਰਾਂ ਬਣਾ ਲੈਂਦੇ ਨੇ, ਅਤੇ ਇਦੋਂ ਸਸਤਾ ਸੌਦਾ ਕੀ ਹੋ ਸਕਦਾ? ਸੋ ਇਹਨਾਂ ਦੇ ਸਸਤੇ ਸੌਦੇ ਸਾਨੂੰ ਖਤਮ ਕਰਨ ਦੇ ਲਈ ਥੋੜ੍ਹਾ ਸੂਝਵਾਨ ਹੋਣ ਦੀ ਜ਼ਰੂਰਤ ਹੈ। ਇਸੇ ਗੁਜ਼ਾਰਿਸ਼ ਦੇ ਨਾਲ ਉਹ ਜਿਹੜੇ ਵਿਛੜੇ ਵੀਰ ਨੇ ਸਾਡੇ, ਉਹ ਜਿਹੜੀਆਂ ਸਾਡੀਆਂ ਭੈਣਾਂ ਸੁਹਾਗਣਾ ਨਹੀਂ ਰਹੀਆਂ, ਸੋ ਦੁਆ ਕਰਦੇ ਹਾਂ ਉਹਨਾਂ ਦੇ ਬੱਚੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਦੇ ਵਰਤਾਰੇ ਮੁੜ ਨਾ ਵੇਖਣੇ ਪੈਣ। ਇਸੇ ਗੁਜ਼ਾਰਿਸ਼ ਦੇ ਨਾਲ ਦਿਓ ਆ ਗਿਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।